ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤਨ ਕੈ ਸੁਨੀਅਤ ਪ੍ਰਭ ਕੀ ਬਾਤ, ਕਥਾ ਕੀਰਤਨ ਆਨੰਦ ਮੰਗਲ ਧੁਨ, ਪੂਰ ਰਹੇ ਦਿਵਸ ਹਰ ਰਾਤ। ਬਾਣੀ ਦੇ ਇਹਨਾਂ ਬਚਨਾਂ ਮੁਤਾਬਕ ਆਪ ਜੀ ਨੂੰ ਹਰ ਜਸ ਕੀਰਤਨ ਸ਼ਰਵਣ ਕਰਵਾ ਰਹੇ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਜਗਦੇਵ ਸਿੰਘ ਜੀ ਜਲੰਧਰ ਵਾਲੇ, ਤਿੰਨਾਂ ਦਾ ਰਾਗੀ ਦੱਸਾ। ਸੋ ਸਮੁੱਚੇ ਹੀ ਜਥੇਦਾਰ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਸੋ ਹੁਣ ਸਮਾਂ ਹੋਇਆ ਹੈ ਕਥਾ ਵਿਚਾਰ ਦਾ। ਆਓ ਅਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਖਾਲਸਾ ਸ੍ਰੀ ਅਨੰਦਪੁਰ ਸਾਹਿਬ ਵਾਲੇ, ਤਿੰਨਾਂ ਦੇ ਪਾਸੋਂ ਚੱਲ ਰਹੀ ਲੜੀਵਾਰ ਭਗਤਾਂ ਦੀ ਬਾਣੀ ਦੇ ਵਿੱਚੋਂ ਕਥਾ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੋੜ੍ਹਾ ਥੋੜ੍ਹਾ ਅੱਗੇ ਅੱਗੇ ਆ ਜਾਓ, ਅੱਗੇ ਆ ਜਾਓ। ਆ ਵੇਖੋ, ਕਈ ਜਨਮਾਂ ਤੋਂ ਦੂਰ ਹੀ ਬੈਠੇ ਸਾਂ, ਹੁਣ ਤਾਂ ਗੁਰੂ ਨੇ ਮੌਕਾ ਬਖਸ਼ਿਆ, ਕੋਲ ਆਓ। ਵਾਹਿਗੁਰੂ 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 ਵਾਹਿ ਵਾਹਿਗੁਰੂ 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 ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਵਾਹਿਗੁਰੂ 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 ਖੁੱਲ੍ਹ ਕੇ ਵਾਹਿਗੁਰੂ 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 ਹੋਰ ਖੁੱਲ੍ਹੋ ਥੋੜ੍ਹਾ ਜਿਹਾ। ਵਾਹਿਗੁਰੂ 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 ਵਾਹਿ ਵਾਹਿਗੁਰੂ 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 ਵਾਹਿ ਵਾਹਿਗੁਰੂ 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 ਥੋੜ੍ਹਾ ਜਿਹਾ ਉੱਚੀ ਬੋਲੋ। ਮੈਲ ਲੱਥੋ ਕੀ ਜਨਮਾਂ ਦੀ ਮੈਲ। ਵਾਹਿਗੁਰੂ 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 ਗੁਰੂ ਵਾਹਿਗੁਰੂ 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 ਜਿੰਦੇ ਰਹੋ। ਵਾਹਿਗੁਰੂ ਜੀ ਡੰਡੋਤ ਬੰਦਨ ਅਨਕਬਾਰ, ਹੱਥ ਜੋੜੋ ਸਾਰੇ, ਸਿਰ ਨਵਾਓ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਅੱਗੇ, ਸਾਰੇ ਭੈਣ ਭਰਾ ਸਿਰ ਨਵਾ ਕੇ ਪੜੋ। ਡੰਡੋਤ ਬੰਦਨ ਅਨਕਬਾਰ, ਸਰਬ ਕਲਾ ਰਾਜਾਨ ਰਾਜ ਪਾਨਾਨ ਕਹਾਨ, ਦੇਵਾਨ ਦੇਵ ਉਪਮਾ ਮਹਾਨ, ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ,
ਨਾਨਕ ਦੇ ਕਰ ਵਕਤ, ਨਾਨਕ ਦੇ ਕਰ ਵਕਤ, ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ, ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ, ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ, ਅਗਮ ਅਗੋਚਰ ਸੱਚ ਸਾਹਿਬ ਮੇਰਾ, ਸੱਚ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਸਾਹਿਬ ਮੇਰਾ, ਨਾਨਕ ਬੋਲੇ ਬੁਲਾਇਆ ਤੇਰਾ, ਨਾਨਕ ਬੋਲੇ ਬੁਲਾਇਆ ਤੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣਾ ਨਾਮ ਜਪਾਓ, ਆਪਣਾ ਨਾਮ ਜਪਾਓ, ਆਪਣਾ ਤਰਲਾ ਪਾਉਣਾ ਤਰਲਾ। ਕਰ ਮਿਹਨਤ ਕਰ ਜੋਦੜੀ, ਕਰ ਮਿਹਨਤ ਕਰ ਜੋਦੜੀ, ਕਰ ਮਿਹਨਤ ਕਰ ਆਪਣਾ ਨਾਮ ਜਪਾਵੋ, ਆਪਣਾ ਨਾਮ ਜਪਾਵੋ, ਆਪਣਾ ਨਾਮ ਦੇਵੋ, ਆਪਣਾ ਨਾਮ ਦੇਵੋ, ਆਪਣਾ ਨਾਮ ਦੇਵੋ, ਹਮ ਭੀਖਕ ਭੇਖਾਰੀ ਤੇਰੇ, ਹਮ ਭੀਖਕ ਭੇਖਾਰੀ ਤੇਰੇ, ਹਮ ਭੀਖਕ ਦਿਓ, ਆਪਣਾ ਨਾਮ ਦਿਓ, ਆਪਣਾ ਨਾਮ ਦਿਓ, ਆਪਣਾ ਨਾਮ। ਇੱਕ ਬਚਨ ਬਾਬਾ ਕਬੀਰ ਜੀ ਨੇ ਕੀਤਾ ਹੈ, ਸ਼ਬਦ ਤੁਸੀਂ ਕਈ ਵਾਰ ਸੁਣਿਆ ਹੈ, ਇਸ ਅਕਸ਼ਰ ਦੇ ਵੀ ਆਪ ਜੀ ਬਹੁਤ ਵਾਕਫ ਹੋ। ਛਿਆ ਝੱਖ ਮਾਰਨੀ, ਪਕੜੇ ਰਹੋ, ਬੋਲੋ ਭਲਾ ਮੈਂ ਕੀ ਬੋਲਿਆ, ਤੈਨੂੰ ਤਾਂ ਅਰਥ ਨਹੀਂ ਆਉਂਦਾ ਹੋਣਾ। ਹਾਂ, ਤੁਹਾਨੂੰ ਪਤਾ ਜੀ, ਕਿਸੇ ਨੂੰ ਰੱਬ ਬਹੁਤਾ ਦੇ ਦੇ, ਕਿਸੇ ਨੂੰ ਰੱਬ ਬਹੁਤਾ ਦੇ ਦੇ, ਅਤੇ ਮੇਰੇ ਵਰਗੇ ਅਰਦਾਸਾਂ ਕਰਨ ਕਿ ਮਹਾਰਾਜ ਨੂੰ ਬਹੁਤਾ ਕਿਉਂ ਦੇ ਦਿੱਤਾ ਜੇ। ਆਖੋ ਵਾਹਿਗੁਰੂ, ਸਮਝ ਲੱਗ ਗਈ ਇਹਨੂੰ, ਨਾਲ ਬੋਲੋ, ਹਾਂ ਸਾਰੇ ਕਥਾ ਕਰੀਏ, ਮਹਾਰਾਜ ਇਹਨੂੰ ਬਹੁਤਾ ਕਿਉਂ ਦੇ ਦਿੱਤਾ ਜੇ। ਇੱਕ ਸਮਾਜ ਵਿੱਚ ਲੋਕ ਹੈਗੇ ਆ ਨਾ ਇਹੋ ਜਿਹੇ, ਭਲਾ ਕਿਸੇ ਦਾ ਹੁੰਦਾ, ਢਿੱਡ ਪੀੜ ਕਿਸੇ ਦੀ ਹੁੰਦੀ। ਆਖੋ ਵਾਹਿਗੁਰੂ, ਇਹ ਨੋਟ ਕਰਿਓ, ਗੁਰਬਾਣੀ 'ਚ ਗੱਲਾਂ ਅੱਜ ਤੋਂ 500 ਸਾਲ 600 ਸਾਲ ਪਹਿਲਾਂ ਬਾਬਾ ਕਬੀਰ ਜੀ ਨੇ ਲਿਖੀਆਂ। ਉਦੋਂ ਵੀ ਲੋਕਾਂ ਨੂੰ ਇਹ ਬਿਮਾਰੀ ਹੋਊਗੀ ਵੀ ਬੱਚਾ ਕਿਸੇ ਦਾ ਪਾਸ ਹੋ ਗਿਆ,
ਨੀਂਦ ਮੇਰੀ ਹਰਾਮ ਹੋ ਗਈ। ਆਖੋ ਵਾਹਿਗੁਰੂ। ਕੰਮ ਕਿਸੇ ਦਾ ਚੱਲ ਗਿਆ, ਬੇਚੈਨ ਮੈਂ ਹੋ ਗਿਆ, ਚੰਗੀ ਤਰ੍ਹਾਂ ਪਕੜੋ ਫਿਰ ਗਾਂ ਤੁਰੀਏ। ਬਾਬਾ ਕਬੀਰ ਕਹਿੰਦਾ, ਕਬੀਰ ਚੰਖ ਨਾ ਚੰਖੀਏ, ਚੱਖ ਨਾ ਮਾਰੀਏ, ਤੁਮਰੋ ਕਹਿਓ ਨਾ ਹੋਏ। ਬੋਲੋ ਬੋਲਾ, ਇੰਨਾ ਹੌਲੀ, ਤੁਮਰੋ ਅਜੇ ਇੰਨਾ ਕਹੋ, ਤੁਮਰੋ ਕਹਿਓ ਨਾ ਹੋਏ, ਉੱਚੀ ਬੋਲੋ, ਤੁਮਰੋ ਤੁਮਰੋ, ਸਾਰੇ ਬੋਲੋ, ਆਨੰਦ ਆਊਗਾ। ਜੇ ਤੂੰ ਅਰਦਾਸ ਕਰੇਗਾ ਵੇ ਮੈਨੂੰ ਇਹਨੂੰ ਨਾ ਦਿਓ, ਤਾਂ ਉਹਨੇ ਤੇਰੇ ਕਣ 'ਤੇ ਹੱਟਣਾ ਨਹੀਂ, ਉਹ ਸ਼ਰਮਿੰਦਾ ਨਾ ਹੋਈ। ਪਕੜ ਲੱਗ ਗਈ ਨਹੀਂ? ਵੀ ਜੇ ਤੂੰ ਕਹੇ ਵੀ ਮੇਰੇ ਨਾਲ ਦੇ ਨੂੰ ਇੰਨਾ ਦੇ ਤਾ ਹੀ ਨਾ ਦੇ, ਅਤੇ ਰੱਬ ਕਿਤੇ ਲੋਕਾਂ ਵਰਗਾ ਨਹੀਂ। ਲੱਤਾਂ ਥੱਕ ਗਈਆਂ? ਅੱਛਾ ਅੱਛਾ ਠੀਕ ਆ। ਵੈਸੇ ਸੋਹਣਾ ਲੱਗਦਾ ਸਿੱਖ ਇਸ ਤਰ੍ਹਾਂ ਬੈਠਾ। ਆਖੋ ਵਾਹਿਗੁਰੂ। ਤੂੰ ਜਿੰਨਾ ਮਰਜ਼ੀ ਕਹੀਂ, ਉਹਨੇ ਤੇਰੇ ਕਹਿਣ 'ਤੇ ਫੈਸਲਾ ਨਹੀਂ ਉਹ ਬਦਲਣਾ। ਇਹ ਨੋਟ ਕਰ ਲਈ, ਅਰਦਾਸਾਂ ਕਰਾਉਂਦੇ ਜੇ ਲੋਕ, ਅੱਜ ਦੇ ਸਮਾਜ ਵਿੱਚ ਬੇਅੰਤ ਬਾਬੇ ਇਹੋ ਜਿਹੇ ਬੈਠੇ ਜਿਹੜੇ ਕਹਿੰਦੇ ਚੌਪੀ ਦੇ 11 ਪਾਠ ਕਰਕੇ ਕਹੋ ਮੇਰੇ ਘਰ ਵਾਲੇ ਦੇ ਨਾਲ ਦਾ ਘਰ ਆ ਜਿਹੜਾ ਹੈ ਨਾ ਉਹਨਾਂ ਦਾ ਰਵੇ ਕੱਖ ਨਾ। ਚੌਪੀ ਸਾਹਿਬ ਦੇ 11 ਪਾਠ ਪੜ੍ਹੋ, ਬਾਬੇ ਕਹਿੰਦੇ ਬਾਬੇ ਸੱਚ ਜਾਣੀ, ਫੁੱਲ ਭਾਵੇਂ ਕਿਸੇ ਦੁਸ਼ਮਣ ਦੇ ਘਰ ਸੁੱਟੋ ਅਤੇ ਭਾਵੇਂ ਸੱਜਣ ਦੇ ਘਰ ਸੁੱਟੋ, ਫੁੱਲ ਨੇ ਸੁਗੰਧੀ ਦੇਣੀ ਹੈ। ਐਵੇਂ ਕਿਤੇ ਮੰਜੇ ਭੁਲੇਖਾ ਨਾ ਰੱਖੀ ਵੀ ਜੇ ਮੈਂ ਪਾਠ ਕਰਕੇ ਅਰਦਾਸ ਕਰਕੇ ਆਖੂੰਗਾ ਵੀ ਇਹਨਾਂ ਦੇ ਘਰ ਬਦਬੋ ਦੇ ਦੇ, ਜਾ ਕੇ ਤਾਂ ਫੁੱਲ ਆਪਣਾ ਸੁਭਾਅ ਬਦਲ ਦੂਗਾ। ਫੁੱਲ ਸੁਭਾਅ ਨਹੀਂ ਬਦਲਦਾ। ਆਖੋ ਵਾਹਿਗੁਰੂ। ਚੌਪਈ ਸਾਹਿਬ ਭਾਵੇਂ ਤੂੰ ਕਿਸ ਤਰ੍ਹਾਂ ਦੀ ਮੰਸ਼ਾ ਰੱਖ ਕੇ ਪੜ੍ਹ, ਇਹਨੇ ਭਲਾ ਤਾਂ ਕਰਨਾ ਹੀ, ਬੁਰਾ ਨਹੀਂ ਉਹ ਕਰਨਾ। ਪਕੜ ਲਿਆ ਪੁੱਤ ਚਿੱਟੇ ਦਿਮਾਲੇ ਵਾਲੇ, ਇਹਨੇ ਭਲਾ ਤਾਂ ਕਰਨਾ, ਇਹਨੇ ਕਿਸੇ ਦਾ, ਬਾਣੀ ਕਦੀ ਕਿਸੇ ਦਾ ਬੁਰਾ ਨਹੀਂ ਕਰਦੀ, ਭਾਵੇਂ ਕੋਈ ਜਿੰਨਾ ਮਰਜ਼ੀ ਇਹ ਤੰਤਰ ਮੰਤਰ ਯੰਤਰਾਂ ਵਾਲੇ ਤਾਂ ਪਖੰਡ ਕਰਦੇ ਨੇ। ਤੁਹਾਨੂੰ ਕੋਈ ਕਦੀ ਜ਼ਿੰਦਗੀ 'ਚ ਇਹ ਗੱਲ ਕਵੇ ਵੀ ਬਾਣੀ ਪੜ੍ਹ ਕੇ ਅਤੇ ਇਸ ਤਰ੍ਹਾਂ ਕਹੋ ਵੀ ਇਹ ਬੰਦੇ ਦਾ ਰਵੇ ਕੱਖ ਨਾ, ਬਾਣੀ ਨੇ ਉਹਦਾ ਵਿਗਾੜਨਾ ਨਹੀਂ ਜੇ, ਸਵਾਰਨਾ ਜੇ। ਆਖੋ ਵਾਹਿਗੁਰੂ। ਕਬੀਰ ਚੰਖ ਨਾ ਚੰਖੀਏ, ਇਹ ਸ਼ਬਦ ਦੇ ਤੁਸੀਂ ਵਾਕਫ ਬਣੋ ਨਾ, ਮੈਂ ਵਾਰ ਵਾਰ ਤਾਂ ਕਹਿੰਦਾ, ਤੁਸੀਂ ਵੀ ਕਹੋ ਕਬੀਰ ਚੰਖ, ਇਹਦਾ ਮਤਲਬ ਵੀ ਚੱਖ ਨਾ ਮਾਰੀਏ, ਤੁਮਰੋ ਕਹਿਓ ਨਾ ਹੋਏ। ਬੋਲੋ ਬੋਲੋ, ਆਨੰਦ ਲਓ ਵੀ ਤੇਰੇ ਕਿਹਾ ਕੁਛ ਨਹੀਂ ਹੋਣਾ। ਇਸ ਤਰ੍ਹਾਂ ਤਾਂ ਕੋਈ ਕਹਿ ਕੇ ਕਿਸੇ ਦੀ ਕਣਕ ਨੂੰ ਅੱਗ ਲਾ ਦੇ, ਕਿਸੇ ਦਾ ਚੰਗਾ ਭਲਾ ਬਣਦਾ ਬਣਦਾ ਕੰਮ ਵਿਗਾੜ ਦੇ ਕੋਈ। ਰੱਬ ਨੇ ਜੋ ਸਿਸਟਮ ਬਣਾਇਆ ਕਿਸੇ ਦਾ ਭਲਾ ਕਰਨ ਦਾ ਸੋਚਿਆ ਹੈ, ਅਤੇ ਉਹਨੇ ਭਲਾ ਕਰਨਾ ਹੀ ਕਰਨਾ ਹੈ। ਆ ਤੁਸੀਂ ਬਾਣੀ ਦੇ ਵਿੱਚੋਂ ਜਾਪ ਸਾਹਿਬ ਚੋਂ ਪੜ੍ਹਦੇ ਹੋ, ਆਖੋ ਵਾਹਿਗੁਰੂ। ਆਡੀਠ ਧਰਮ, ਬੋਲੋ ਅਤ ਢੀਠ ਕਰਮ, ਅਰਥ ਆਉਂਦਾ ਜਿਹੜੇ ਤੇਰੇ ਨਿਯਮ ਨੇ, ਧਰਮ ਮੈਨੇ ਹੁੰਦਾ ਨਿਯਮ ਕਾਨੂੰਨ, ਹੇ ਵਾਹਿਗੁਰੂ ਜਿਹੜੇ ਤੇਰੇ ਕਾਨੂੰਨ ਨੇ ਨਾ, ਆਡੀਠ ਦਿਸਦੇ ਨਹੀਂ ਮਗਰ ਕਾਨੂੰਨ ਤੇਰੇ ਹੀ ਚੱਲ ਰਹੇ ਨੇ ਧਰਤੀ 'ਤੇ। ਤੂੰ ਕਾਨੂੰਨ ਬਣਾਤਾ, ਸੂਰਜ ਈਸਟ ਤੋਂ ਚੜ੍ਹਨਾ ਹੈ, ਸੂਰਜ
ਇਸ ਤੋਂ ਚੜ੍ਹਨਾ ਹੈ, ਉਸ ਕਾਨੂੰਨ ਨੂੰ ਕੋਈ ਬਦਲ ਨਹੀਂ ਸਕਦਾ ਵੀ ਇੱਕ ਦਿਨ ਵੈਸਟ ਤੋਂ ਚੜ੍ਹਨਾ ਸ਼ੁਰੂ ਹੋ ਜਾਏ। ਸਭ ਕੁਝ ਬਦਲ ਗਿਆ ਹੈ ਮਗਰ ਰੱਬ ਦਾ ਕਾਨੂੰਨ, ਸਾਰੇ ਬੋਲੋ ਨਾ ਅੰਦਰ ਲਓ ਨਾ, ਰੱਬ ਦਾ ਕਾਨੂੰਨ ਨਹੀਂ ਬਦਲਿਆ ਅਤੇ ਨਾ ਬਦਲਣਾ ਹੈ। ਆਡੀਟ ਕਰਮ ਉੱਚੀ ਪੜ੍ਹੋ ਤੁਸੀਂ, ਚ ਬਹੁਤ ਮੇਰਾ ਪੰਥਾ ਜਾਪ ਸਾਹਿਬ ਤੋਂ ਦੂਰ ਹੋ ਜਾਂਦਾ, ਮਰ ਜਾਓਗੇ ਲੋਕੋ ਜਿਸ ਦਿਨ ਜਾਪ ਸਾਹਿਬ ਛੱਡ ਦੋਗੇ। ਸੱਚੀ ਮੁੱਚੀ ਜਿਉਂਦੇ ਜੀ ਇਹ ਉਸ ਦਰਖਤ ਦੇ ਵਾਂਗੂ ਬਣ ਜੂਗਾ, ਡਿੱਗ ਪੂਗਾ ਜਿਹਦਾ ਤਣਾ ਖਾਧਾ ਜਾਵੇ। ਜਿਸ ਦਰਖਤ ਦਾ ਤਣਾ ਖਾਧਾ ਜਾਵੇ ਨਾ, ਚੂਹੇ ਖਾ ਜਾਣ, ਉਹ ਦਰਖਤ ਨੂੰ ਕੋਈ ਧੱਕਾ ਮਾਰ ਕੇ ਨਹੀਂ ਡਿੱਗਦਾ, ਆਪਣੇ ਭਾਰੀ ਡਿੱਗ ਪੈਂਦਾ ਹੈ। ਜਿੱਦਣ ਤੁਸੀਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇਹ ਅਗੰਮੀ ਰਚਨਾ ਪੜ੍ਹਨੀ ਸ਼ਰਤੀ ਜ਼ਿੰਦਗੀ ਦੇ ਵਿੱਚੋਂ, ਤੁਹਾਨੂੰ ਕਿਸੇ ਧੱਕਾ ਨਹੀਂ ਮਾਰਨਾ, ਤੁਸੀਂ ਆਪ ਹੀ ਡਿੱਗ ਪੈਣਾ ਹੈ। ਇਹ ਨੋਟ ਕਰਿਓ ਗੁਰੂ ਕੇ ਸਿੱਖੋ, ਆਖੋ ਵਾਹਿਗੁਰੂ। ਆਪਣੇ ਬਾਪ ਦੇ ਮਾਣ ਨਾਲ ਬੋਲ ਰਹੇ ਹਾਂ, ਆਪਣੇ ਬਾਪ ਦੀ ਅਸੀਸ ਨਾਲ ਬੋਲ ਰਹੇ ਹਾਂ। ਆ ਡੀਟ ਜਿਹੜਾ ਤੇਰਾ ਕਰਮ ਹੈ, ਜਿਹੜੇ ਤੇਰੇ ਧਰਮ ਨੇ ਕਾਨੂੰਨ ਨੇ, ਉਹ ਦਿਸਦੇ ਨਹੀਂ ਮਗਰ ਚੱਲਦੇ। ਪਾਣੀ ਦਾ ਕਾਨੂੰਨ ਬਣਾਤਾ ਤੂੰ, ਨੀਵੇਂ ਥਾਂ ਨੂੰ ਚੱਲਣਾ ਹੈ। ਆਖੋ ਵਾਹਿਗੁਰੂ। ਪਾਣੀ ਨੂੰ ਕੀ ਕਹਿਤਾ? ਥੋੜ੍ਹਾ ਜਿਹਾ ਹੋਰ ਵੇਖੋ, ਤੁਸੀਂ ਤਾਂ ਚੰਗੇ ਸ਼ਹਿਰ 'ਚ ਰਹਿੰਦੇ ਹੋ, ਮੈਂ ਜਿੱਥੋਂ ਆਇਆ ਉੱਥੇ ਇੰਨੀ ਇੰਨੀ ਮਿੱਟੀ ਮੂੰਹ 'ਚ ਪੈਣ ਲਈ ਹੈ, ਬੁਰਾ ਹਾਲ, ਬੰਕੇ ਦਿਹਾੜੇ। ਤੁਸੀਂ ਤਾਂ ਇੱਥੇ ਰਹਿੰਦੇ ਹੋ, ਚੰਗਾ ਪਾਣੀ, ਚੰਗੀ ਖੁਰਾਕ ਖਾਂਦੇ। ਉੱਚੀ ਬੋਲੋ, ਜਿਹੜੇ ਤੇਰੇ ਕਾਨੂੰਨ ਨੇ ਉਹ ਦਿਸਦੇ ਨਹੀਂ ਮਗਰ ਅਟਲ ਨੇ। ਪਾਣੀ ਨੂੰ ਤੂੰ ਕਹਿਤਾ ਵੀ ਉਹਦੀ ਜ਼ਰੂਰਤ ਨਹੀਂ, ਵੀ ਉਹ ਜ਼ਰੂਰਤ ਕਰੇ ਵੀ ਮੈਂ ਚੜ੍ਹਦੇ ਨੂੰ ਤੁਰ ਪਾਂ ਤਾਂ ਉਹਨੂੰ ਚੜ੍ਹ ਜਾਂ, ਉਹਨੇ ਨੀਵੇਂ ਨੂੰ ਵਗਣਾ ਹੈ। ਆਖੋ ਵਾਹਿਗੁਰੂ। ਹਵਾਵਾਂ ਨੂੰ ਤੂੰ ਕਾਨੂੰਨ 'ਚ ਬੰਨਤਾ, ਸੂਰਜ ਨੂੰ, ਚੰਦਰਮਾ ਨੂੰ, ਰਾਤ ਨੂੰ, ਦਿਨ ਨੂੰ ਤੂੰ ਕਾਨੂੰਨ 'ਚ ਬੰਨਤਾ। ਆਖੋ ਵਾਹਿਗੁਰੂ। ਇਹ ਜਿਹੜੇ ਤੇਰੇ ਕਾਨੂੰਨ ਨੇ ਇਹ ਦਿਸਦੇ ਨਹੀਂ ਮਗਰ ਸਾਹਮਣੇ ਚਾਲੂ ਨੇ। ਅੱਗੇ ਕਹਿੰਦੇ ਅਤ ਢੀਠ ਕਰਮ, ਅਤ ਕਰਮ ਮੀਨ ਦੀ ਬਖਸ਼ਿਸ਼, ਕਰਮ ਮੀਨ ਜੀ ਜਿਹੜੀ ਤੇਰੀ ਬਖਸ਼ਿਸ਼ ਹੈ ਨਾ, ਬੜੀ ਢੀਠਾਂ ਵਾਲੀ ਆ, ਨਹੀਂ ਉਪਰਾ ਲੱਗੂਗਾ ਸ਼ਬਦ ਢੀਠ। ਇਹ ਬੰਦਾ ਬੜਾ, ਆਪਾਂ ਕਹਿੰਦੇ ਹਟ ਜਾ, ਉਹ ਕਹਿੰਦੇ ਇਹਨੇ ਨਹੀਂ ਹਟਣਾ, ਇਹ ਬੜਾ। ਰੱਬ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਕਹਿੰਦੇ ਬੜਾ ਵੱਡਾ ਢੀਠ ਆ, ਜਿਹਨੂੰ ਦੇਣ ਲੱਗ ਪਏ ਦੇਈ ਜਾਂਦਾ, ਅਤੇ ਜਿਹਦੇ ਕੋਲੋਂ ਖੋਣ ਲੱਗ ਪਏ। ਬੋਲੋ ਫਿਰ, ਜਿੰਨੀਆਂ ਮਰਜ਼ੀ ਅਰਦਾਸਾਂ ਕਰਾਓ, ਜਿੰਨੇ ਮਰਜ਼ੀ ਪੁੱਠੇ ਲਟਕ ਕੇ ਤੁਸੀਂ ਹਮਨ ਕਰਾਓ, ਦੁਨੀਆਂ ਭਰ ਦੇ ਯੱਗ ਕਰਾਓ, ਸੰਪਟ ਪਾਠ ਕਰਾਓ, ਉਹ ਆਪਣਾ ਫੈਸਲਾ ਨਹੀਂ ਬਦਲਦਾ। ਜਿਹਨੂੰ ਦਿੰਦਾ ਹੈ ਫਿਰ ਉਹਨੂੰ ਦੇਈ ਜਾਂਦਾ। ਅਤ ਢੀਠ ਕਰਮ, ਕਰਮ ਨੇ ਬਖਸ਼ਿਸ਼, ਬੋਲੋ ਬੋਲੇ ਕਰਮ ਨੇ, ਉਹਦਾ ਜਿਹੜਾ ਕਰਮ ਦਾ ਸੁਭਾਅ ਹੈ ਨਾ ਦੇਣ ਦਾ, ਉਹ ਬੜਾ ਢੀਠਾਂ ਵਾਲਾ ਹੈ। ਢੀਠ ਬੰਦਾ ਵੇਖਿਆ ਕਿਸੇ ਦਾ ਆਖੇ ਨਹੀਂ ਲੱਗਦਾ, ਜੇ ਖਲੋ ਜਾਏ ਤਾਂ ਖਲੋ ਜਾਂਦਾ ਹੈ, ਫਿਰ ਉਹਨੂੰ ਜਿੰਨਾ ਮਰਜ਼ੀ ਕਹੋ ਕਹਿੰਦਾ ਨਹੀਂ ਮੈਂ ਨਹੀਂ ਭਰੇ ਹੁੰਦਾ। ਰੱਬ ਦੇ ਅੱਗੇ ਜਿੰਨੇ ਮਰਜ਼ੀ ਤਰਲੇ ਪਾਓ, ਰੱਬ ਦਾ ਇੱਕ ਸੁਭਾਅ ਆ, ਜੋ ਦੇਣ 'ਤੇ ਆ ਗਿਆ ਬੋਲੋ, ਅਤੇ ਜੇ ਖੋਣ 'ਤੇ ਆ ਗਿਆ ਫਿਰ ਜਿੰਨੇ ਮਰਜ਼ੀ ਹੱਥ ਜੋੜਿਓ, ਉਹਨੇ ਕਿਸੇ ਦਾ ਕਹਿਣਾ ਨਹੀਂ ਮੰਨਣਾ। ਬਸ ਇੱਥੋਂ ਤੱਕ ਆਓ। ਕਬੀਰ, ਝੰਖਨਾ ਝੰਖੀਏ, ਝੰਖੀਏ ਨਹੀਂ ਮਾਰੀਏ ਨਹੀਂ, ਝੰਖ ਨਾ ਝੰਖੀਏ ਵੀ ਝੱਖ ਨਾ ਝੱਕੀਏ, ਤੁਮਰੋ ਕਹਿਓ ਨਾ ਹੋਏ। ਪਕੜ ਰਹੇ ਹੋ ਜੀ, ਹੁਣ ਤਾਂ ਗੱਲ ਬਣ ਗਈ ਹੋਣੀ ਆ। ਤੁਮਰੋ ਤੇਰੇ ਕਿਹਾ ਕੁਛ ਨਹੀਂ ਹੋਣਾ, ਕਰਮ ਕਰੀਮ ਜੋ ਕਰ ਰਿਹਾ
ਬੋਲੋ ਹਾਂ ਭਲਾ, ਕਰਮ ਮੈਨੇ ਬਖਸ਼ਿਸ਼, ਕਰੀਮ ਮੈਨੇ ਕਰਨ ਵਾਲਾ, ਉਹ ਜਿਹੜਾ ਬਖਸ਼ਾ ਕਰਨ ਵਾਲਾ ਕਰ ਰਿਹਾ ਹੈ ਨਾ, ਉਹਨੂੰ ਮੇਟ ਨਾ ਸਕੇ ਕੋਈ, ਸ਼ਰਮਿੰਦਾ ਨਾ ਹੋਈ ਕਹਿ ਕੇ ਵੀ ਰੱਬਾ ਇਹਨੂੰ ਕਿਉਂ ਦੇਈ ਜਾਂਦਾ ਹੈ, ਅੱਖੋ ਵਾਹਿਗੁਰੂ ਪਤਾ ਲੱਗ ਗਿਆ ਜੀ, ਸ਼ਰਮਿੰਦਾ ਨਾ ਹੋਈ ਕਹਿ ਕੇ ਮੂੰਹ 'ਤੇ ਖੇ ਨਾ ਪਵਾਈ, ਜਿਹਨੂੰ ਉਹਨੇ ਦੇਣਾ ਉਹਨੇ ਦੇਈ ਜਾਣਾ ਹੀ। ਅਤੇ ਵੇਖੇ ਤੁਸੀਂ ਕਈ ਕੁਦਰਤ ਵਿੱਚ ਲੋਕ ਜਿਹਨਾਂ ਨੂੰ ਚੁੱਕਣ ਲੱਗਦਾ ਹੈ, ਕੱਲ੍ਹ ਤੱਕ ਕੁਛ ਸੀ ਕਿਤੇ ਦਾ ਕਿਤੇ ਚੜ੍ਹਾ ਦਿੰਦਾ ਹੈ, ਉੱਤੇ ਚੜ੍ਹੇ ਹੋਏ ਨੂੰ ਜਦੋਂ ਡੇਗਣ ਲੱਗਦਾ ਹੈ ਉਦੋਂ ਕੋਈ ਵੀ ਥੰਮਾ ਨਹੀਂ ਦੇ ਸਕਦਾ, ਫਿਰ ਡੇਗ ਹੀ ਦਿੰਦਾ ਹੈ। ਇਸ ਗੱਲ ਨੂੰ ਨੋਟ ਕਰ ਲਓ, ਸੁਭਾਅ ਰੱਬ ਦਾ ਨੋਟ ਕਰੋ, ਅੱਖੋ ਵਾਹਿਗੁਰੂ। ਅੱਜ ਵਾਲੇ ਸ਼ਬਦ ਨਾਲ ਰਿਲੇਟਡ ਆ ਇਹ ਬਚਨ, ਮੈਂ ਤਾਂ ਪੜ੍ਹਿਆ, ਅੱਖੋ ਵਾਹਿਗੁਰੂ। ਗੱਜ ਕੇ ਬੋਲੋ ਕਰਮ ਕਰੀਮ ਜੋ, ਇੱਕ ਵਾਰ ਭੈਣੋ ਤੁਸੀਂ ਸਾਰੀਆਂ ਪੜ੍ਹੋ, ਕਰਮ ਕਰੀਮ ਜੋ ਕਰ ਰਿਹਾ, ਬੋਲੋ। ਕਰਮ ਮੈਨੇ ਕੀ ਦੱਸਿਆ ਸੀ, ਕਰੀਮ ਮੈਨੇ ਕਰਨ ਵਾਲਾ, ਬਖਸ਼ਾਂ ਕਰਨ ਵਾਲਾ, ਜਿਹੜਾ ਬਖਸ਼ਾਂ ਕਰਨ ਲੱਗ ਪਏ ਨਾ ਫਿਰ ਉਹ ਹਟਦਾ ਨਹੀਂ। ਅੱਜ ਵਾਲੇ ਬਚਨ ਵਿੱਚ ਵੀ ਮੇਰੇ ਵੀਰੋ ਅਤੇ ਭੈਣੋ, ਇਹ ਮੇਰਾ ਸਤਿਗੁਰੂ ਗਰੀਬ ਨਵਾਜ਼ ਖੋਲੂਗਾ ਸ਼ਬਦ ਵਿੱਚ, ਐਰਖਵਾਦ ਨਾ ਕੀਜੇ ਰੇ ਮਨ, ਰਤ ਗਿਆ ਸੀ ਐਰਖ, ਅਰਥ ਵੀ ਦੱਸਿਆ ਸੀ ਥੋੜ੍ਹਾ ਜਿਹਾ ਚੇਤਾ ਕਿਸੇ ਨੂੰ, ਤੁਸੀਂ ਪਿੱਛੋਂ ਵੇਖ ਰਹੇ ਹੋ ਨਾ, ਆਖੋ ਵਾਹਿਗੁਰੂ। ਗੱਜ ਕੇ ਬੋਲੋ, ਕੱਲ੍ਹ ਦਾ ਚੇਤੇ ਰੱਖਣਾ ਚਾਹੀਦਾ ਸੀ, ਵੀ ਕੱਲ੍ਹ ਅਸੀਂ ਸੁਣ ਕੇ ਗਏ ਵੀ ਬੰਦਿਆ ਕਿਸੇ ਨਾ ਈਰਖਾ ਨਾ ਕਰਿਆ ਕਰ, ਵੀ ਇਹਨੂੰ ਬਹੁਤਾ ਦੇ ਦਿੱਤਾ ਜੇ ਮੈਨੂੰ ਘੱਟ ਦੇ ਦਿੱਤਾ ਵਾ, ਤੂੰ ਵੀ ਲੈ ਸਕਦਾ ਰੱਬ ਕੋਲੋਂ ਬਹੁਤਾ। ਵੇਖੋ ਕਿੱਡਾ ਸੋਹਣਾ ਸਵਾਲ ਆ, ਰੱਬ ਕੋਲੋਂ ਤੂੰ ਵੀ ਝੋਲੀਆਂ ਭਰ ਸਕਦਾ ਹੈ, ਮਗਰ ਆਪਣਾ ਕਰਮ 'ਤੇ ਚੈੱਕ ਕਰ, ਕਰਦਾ ਕੀ ਹੈ, ਪੈਰਾਂ ਤੋਂ ਲੈ ਕੇ ਸਿਰ ਤੱਕ ਆਪਣੇ 'ਤੇ ਛਾਤੀ 'ਤੇ ਮਾਰ, ਸਾਰਾ ਦਿਨ ਨਿੰਦਿਆ, ਸਾਰਾ ਦਿਨ ਚੁਗਲੀ, ਦੂਈ ਦਵੈਤ ਵਿੱਚ ਸੜਿਆ ਹੋਇਆ ਇਨਸਾਨ ਆਖੀ ਜਾਂਦਾ ਇਸ ਤਰ੍ਹਾਂ ਨਹੀਂ, ਰੱਬ ਵੇਖੋ ਜੀ, ਰੱਬ ਵੇਖੋ ਜੀ, ਰੱਬ ਨੇ ਜੋ ਦੇਣਾ ਦੇ ਹੀ ਰਿਹਾ, ਤੂੰ ਉਹਦੇ ਘਰੋਂ ਬਹੁਤੀਆਂ ਬਖਸ਼ਾਂ ਦਾ ਪਾਤਰ ਬਣ ਸਕਦਾ ਹੈ। ਆਖਿਆ ਜੀ ਕਿਸ ਤਰ੍ਹਾਂ, ਕਹਿੰਦੇ ਸੁਕਿਰਤ ਕਰ ਕਰ ਲੀਜੇ ਰੇ ਮਨ, ਬੋਲੋ ਭਲਾ। ਸੁਕਿਰਤ ਦਾ ਮਤਲਬ ਚੰਗੀ ਕਿਰਤ ਤੂੰ ਵੀ ਕਰਿਆ ਕਰ, ਅੰਮ੍ਰਿਤ ਵੇਲੇ ਉੱਠਿਆ ਕਰ, ਇਸ਼ਨਾਨ ਕਰਿਆ ਕਰ, ਜੋੜੇ ਝਾੜਿਆ ਕਰ, ਜੂਠੇ ਬਰਤਨ ਸਾਫ਼ ਕਰਿਆ ਕਰ, ਆਣ ਕੇ ਸਰਬੱਤ ਦੀਆਂ ਅਸੀਸਾਂ ਲਿਆ ਕਰ, ਇਹਦੇ ਵਿੱਚ ਹੀ ਤਾਂ ਰੱਬ ਬੈਠਾ, ਰੱਬ ਕਿਤੇ ਕੋਠੇ 'ਤੇ ਥੋੜ੍ਹਾ ਬੈਠਾ ਹੈ। ਅਸ ਵਿੱਚ ਸੰਗਤ ਹਰ ਪ੍ਰਭ, ਉੱਚੀ ਬੋਲੋ, ਵਿੱਚ। ਸਾਡੀ ਥਿਊਰੀ ਜਿਹੜੀ ਗੁਰਮਤਿ ਦੀ ਇਹ ਨਹੀਂ ਕਹਿੰਦੀ ਉਹ ਕਿਸੇ ਪਹਾੜ 'ਤੇ ਬੈਠਾ ਹੈ, ਤੁਸੀਂ ਸਮਝੋ ਇਸ ਗੱਲ ਨੂੰ ਚਿੱਥੋ, ਤੁਸੀਂ ਗੱਡੀ ਲੈ ਕੇ ਭੱਜਿਓ ਨਾ ਕਿਤੇ, ਕਾਹੇ ਰੇ ਬਨ ਖੋਜਣ ਜਾਈ, ਬਹੁਣ ਆਉਂਦੀ ਹੋਣੀ ਤੁਹਾਨੂੰ ਤਾਂ ਬਾਣੀ, ਕਾਹੇ ਰੇ ਬਨ ਜੰਗਲ 'ਚ ਨਾ ਉਹਨੂੰ ਲੱਭਣ ਤੁਰੀ, ਉਹ ਸਰਬ ਨਿਵਾਸੀ ਸਦਾ ਲੇਪਾ ਤੋਹੀ ਸੰਗ ਸਮਾਈ, ਉਹ ਪੋਪ ਮੱਧ ਜਿਉਂ ਬਾਸ ਬਾਣੀ ਆਉਂਦੀ ਨਹੀਂ। ਬੜੀ ਮੈਨੂੰ ਦਰਦ ਹੋ ਰਹੀ ਜੀ ਇਸ ਗੱਲ ਦੀ ਵੀ ਸਿੱਖ ਦਾ ਜੀਵਨ ਇੱਥੇ ਇੱਥੇ ਚਲੇ ਗਿਆ ਹੋਵੇ ਮੇਰੇ ਵਾਲੀ ਜਗ੍ਹਾ 'ਤੇ, ਅਤੇ ਇਹਨੂੰ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾ ਆਉਂਦੀ ਹੋਵੇ। ਆਖੋ ਵਾਹਿਗੁਰੂ, ਤੁਹਾਨੂੰ ਤਾਂ ਅੱਗੋਂ ਕਰਲ ਕਰਲ ਕਰਦਿਆਂ ਬਾਣੀ ਬੋਲਣੀ ਚਾਹੀਦੀ। ਅੱਜ ਨੂੰ ਤਾਂ ਜਿੰਨੀ ਸਾਡੀ ਉਮਰ ਹੋ ਗਈ ਹੈ ਨਾ, ਬੱਚਾ ਇੱਕ ਸਾਲ ਵਿੱਚ ਮੁਹਾਰ ਨਹੀਂ ਸਿੱਖ ਕੇ ਨਾ, ਉਹਨੂੰ ਕਹੇ ਊੜਾ ਐੜਾ ਸੁਣਾ ਤਾਂ ਕੀ ਕਹਿੰਦਾ ਹੈ, ਊੜਾ ਊਠ ਐੜਾ ਅੰਬ ਇਡੀਏਟ ਕਹਿੰਦਾ ਕਿ ਨਹੀਂ। ਸਾਡੀ ਕਿੱਥੇ ਗਲਤੀ ਰਹਿ ਗਈ ਵੀ ਤਨਾਸਰੀ ਰਾਗ ਦਾ ਨਵੇਂ ਪਾਤਸ਼ਾਹ ਦਾ ਬਚਨ ਹੋਵੇ। ਆਖੋ ਵਾਹਿਗੁਰੂ, ਉੱਚੀ ਬੋਲੋ, ਤਨਾਸਰੀ ਰਾਗ ਦਾ ਨਵੇਂ ਪਾਤਸ਼ਾਹ ਦਾ ਬਚਨ ਹੋਵੇ, ਅਤੇ ਪਹਿਲਾ ਬਚਨ ਹੋਵੇ ਵੀ ਕਾਹੇ ਰੇ ਬਨ ਖੋਜਣ ਜਾਈ, ਕਿੱਥੇ ਜਾ ਕੇ ਜੰਗਲਾਂ ਵਿੱਚ ਉਹਨੂੰ ਲੱਭਣ ਤੁਰ ਪਿਆ ਹੈ, ਕਦੀ ਉੱਥੇ ਕਦੀ ਉੱਥੇ। ਬਹੁਤ ਸਾਰੇ ਲੋਕਾਂ ਦਾ ਭੁਲੇਖਾ ਹੈ ਵੀ ਉਹ ਕਿਸੇ ਜੰਗਲ ਵਿੱਚ ਬੈਠਾ ਵਾ ਤਾਂ ਹੀ ਲੋਕ ਜੰਗਲਾਂ ਨੂੰ ਭੱਜ ਜਾਂਦੇ ਨੇ, ਉਹ ਕਿਸੇ ਪਹਾੜ 'ਤੇ ਬੈਠਾ ਵਾ ਤਾਂ ਹੀ ਲੋਕ ਪਹਾੜਾਂ ਨੂੰ ਭੱਜ ਜਾਂਦੇ। ਆਖੋ ਵਾਹਿਗੁਰੂ,
ਕਹਿਰੇ ਬਨ ਖੋਜਣ ਜਾਈ ਸਰਬਨਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਤੇ ਉਹਨੇ ਸਵਾਲ ਕੀਤਾ ਮੇਰੇ 'ਚ ਕਿਸ ਤਰ੍ਹਾਂ ਹੈ, ਆਖੋ ਵਾਹਿਗੁਰੂ ਮੇਰੇ ਰੱਬ ਕਿਸ ਤਰ੍ਹਾਂ ਮੇਰੇ 'ਚ ਕਿਸ ਤਰ੍ਹਾਂ ਹੋ ਸਕਦਾ ਹੈ? ਕਹਿੰਦੇ ਫੁੱਲ ਵਿੱਚ, ਆਖੋ ਵਾਹਿਗੁਰੂ। ਸੁਗੰਧੀ ਕਦੋਂ ਆਉਂਦੀ? ਹਾਜ਼ਰੋ ਫੁੱਲ ਵਿੱਚੋਂ ਸੁਗੰਧੀ ਨਵੰਬਰ ਤੋਂ ਸ਼ੁਰੂ ਹੁੰਦੀ, ਉਹਦੀ ਬਿਜਾਈ ਕਿਹਦੀ? ਹੌਲੀ ਬੋਲਦੇ ਹੋ, ਫੁੱਲਾਂ ਦੀ ਪਹਿਲੋਂ ਬੀਜ ਬੀਜੀ ਦੇ, ਫਿਰ ਪਨੀਰੀ ਉੱਗਦੀ, ਪਨੀਰੀ ਪੁੱਟ ਕੇ ਕਿਸੇ ਪਾਰਕ ਵਿੱਚ ਲਾਈ ਦੀ, ਉਹਦੇ ਵਿੱਚ ਪਲਾਂਟ ਵਿੱਚੋਂ ਫਿਰ ਖੇਤ ਦੇ ਵਿੱਚੋਂ ਉਹ ਬੂਟਾ ਬਣਦਾ ਹੈ, ਫਿਰ ਜਾ ਕੇ ਮਾਰਚ ਵਿੱਚ ਜਾ ਕੇ ਉਹਦੇ ਵਿੱਚੋਂ ਖੁਸ਼ਬੂ ਨਿਕਲਦੀ ਆ। ਤੂੰ ਦੱਸ, ਇੰਨਾ ਚਿਰ ਲਾਇਆ ਹੀ ਗੁਰੂ ਦੇ ਕੋਲ, ਤੇਰੇ 'ਚੋਂ ਰੱਬ ਪ੍ਰਗਟ ਹੋਵੇ? ਆਖੋ ਵਾਹਿਗੁਰੂ। ਇੱਕ ਦਿਨ ਤੂੰ ਗੁਰੂ 'ਤੇ ਭਰੋਸਾ ਕਰਦਾ, ਅਗਲੇ ਦਿਨ ਨਿੰਦਾ ਕਰ ਦਿੰਦਾ, ਗੁਰੂ ਕੋਲ ਹੈ ਹੀ ਕੱਖ ਨਹੀਂ, ਤੇਰੇ ਵਿੱਚੋਂ ਕਿਸ ਤਰ੍ਹਾਂ ਪ੍ਰਗਟ ਹੋ ਜਾਏ? ਫੁੱਲ ਨੂੰ ਜਿੱਥੇ ਲਾ ਗਿਆ ਨਾ ਪਨੀਰੀ ਵਾਲਾ, ਆਖੋ ਵਾਹਿਗੁਰੂ। ਪਤਾ ਲੱਗ ਰਿਹਾ ਜੀ ਨੀਲੀ ਪੱਗ ਵਾਲੇ ਵੀਰ ਜੀ, ਫੁੱਲ ਨੂੰ ਬੂਟੇ ਨੂੰ ਜਿੱਥੇ ਲਾਉਣ ਵਾਲਾ ਮਾਲੀ ਲਾ ਗਿਆ, ਉਹ ਹਿੱਲਿਆ ਉੱਥੋਂ? ਹਾਜ਼ਰ ਹੋ ਜੀ ਗੁਰੂ ਕਿਸੇ ਕੋਲ ਬੋਲਣਾ, ਉੱਥੋਂ ਹਿੱਲਿਆ? ਅਤੇ ਨਾ ਹਿੱਲਣ ਦੀ ਅਸੀਸ ਮਿਲੀ ਵੀ ਚੌਥੇ ਕੁ ਮਹੀਨੇ ਉਹਦੇ ਅੰਦਰੋਂ ਖੁਸ਼ਬੂ ਛੁੱਟ ਉੱਠੀ। ਇੱਥੋਂ ਪਤਾ ਲੱਗਦਾ ਸਰਦਾਰੋ, ਸਾਡੀਆਂ ਵਡੇਰੀਆਂ ਉਮਰਾਂ ਹੋ ਗਈਆਂ, ਦਾੜੇ ਚਿੱਟੇ ਹੋ ਗਏ, ਮਗਰ ਅਸੀਂ ਇੱਕ ਜਗ੍ਹਾ 'ਤੇ ਟਿਕੇ ਨਹੀਂ, ਤਾਂ ਹੀ ਖੁਸ਼ਬੂ ਨਹੀਂ ਆਈ, ਨਹੀਂ ਤਾਂ ਲੱਭਣਾ ਤਾਂ ਪੈਣਾ ਹੀ ਨਹੀਂ ਸੀ ਕਿਤਿਓਂ। ਆਖੋ ਵਾਹਿਗੁਰੂ। ਜਿਸ ਤਰ੍ਹਾਂ ਫੁੱਲ ਦੇ ਵਿੱਚੋਂ ਚੌਥੇ ਮਹੀਨੇ ਦੇ ਬਾਅਦ ਖੁਸ਼ਬੂ ਉੱਠ ਖਲੋਤੀ, ਆਖੋ ਵਾਹਿਗੁਰੂ, ਸਾਡੇ ਵਿੱਚੋਂ ਰੱਬ ਦੀ ਖੁਸ਼ਬੂ ਆਉਣੀ ਸ਼ੁਰੂ ਹੋ ਜਾਣੀ ਸੀ ਜੇ ਅਸੀਂ ਜੁੜੇ ਹੁੰਦੇ। ਤੇ ਕੀ ਹੁੰਦੇ? ਅੱਜ ਸਾਡਾ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ 'ਤੇ ਆ। ਕੱਲ੍ਹ ਸਾਨੂੰ ਕੋਈ ਸੁਣਾ ਦਿਆ, ਭੈਣ ਜੀ ਇੱਥੇ ਕੈਲਗਰੀ ਦੇ ਵਿੱਚ ਹੀ ਇੱਕ ਬਾਬਾ ਆਇਆ ਕਿਸੇ ਦੇ ਘਰ ਵਿੱਚ, ਉਹਦੇ ਤਕਦੀਰਾਂ ਹੀ ਬਦਲ ਦਿੰਦਾ ਹੈ। ਸਾਨੂੰ ਸਭ ਤਮੀਜ਼ ਭੁੱਲ ਗਈ, ਸਾਡਾ ਤਕਦੀਰਾਂ ਬਦਲਣ ਵਾਲਾ ਤਾਂ ਗੁਰੂ ਗ੍ਰੰਥ ਸਾਹਿਬ ਆ, ਇਹਦੇ ਤੋਂ ਉੱਤੇ ਕਿਹੜਾ ਹੈ? ਹਮਰਾ ਠਾਕੁਰ ਸਭ ਤੇ ਊਚਾ, ਹਮਰਾ ਠਾਕੁਰ ਸਭ ਤੇ ਊਚਾ, ਹਮਰਾ ਇੱਕ ਵਾਰ ਅੱਖਾਂ ਮੀਟ ਤੇ ਸੁਰਤ ਦੇ ਅੱਖਾਂ ਖੋਲ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਚੌਰ ਹੁੰਦਾ ਵੇਖ। ਹਮਰਾ ਠਾਕੁਰ ਸਭ ਤੇ ਊਚਾ, ਹਮਰਾ ਠਾਕੁਰ ਸਭ ਤੇ ਊਚਾ, ਹਮਰਾ ਰਹਿਣ ਦਿਨ ਸਤਿਸ ਗਾਵੂ ਰੇ, ਰਹਿਣ ਦਿਨ ਸਤਿਸ ਗਾਵੂ ਰੇ, ਰਹਿਣ ਪਾਵਰ ਪਤਾ ਕਿੱਡੀ ਵੱਡੀ ਆ। ਖਿਨ ਮੈਂ ਥਾਪ ਉਹ ਥਾਪਣ ਹਾਰਾ, ਖਿਨ ਮੈਂ ਥਾਪ ਉਹ ਥਾਪਣ ਹਾਰਾ, ਖਿਨ ਮੈਂ ਤਿਸ ਤੇ ਤੁਝੇ ਡਰਾਵੂ ਰੇ, ਤਿਸ ਤੇ ਤੁਝੇ ਡਰਾਵੂ ਰੇ, ਤਿਸ ਤੇ ਕਹਿ ਹਾਂ ਇੱਕ ਵਾਰ ਹਮਰਾ ਠਾਕੁਰ ਕਹਿ ਹੀ ਲਿਆ ਹੀ, ਜਿੱਦਣ ਮੰਨ ਲੈਂਗਾ ਨਾ ਗੁਰੂ ਕਿਹਾ ਸਿੱਖਾ ਇਹ ਤੈਨੂੰ ਉੱਚਾ ਬਣ ਕੇ ਵਿਖਾਊ, ਫਿਰ ਤੈਨੂੰ ਵੀ ਉੱਚਾ ਬਣਾ ਦੂ, ਜਿਹਦੇ ਨਾਲ ਜੁੜ ਜਾਈਏ ਉਹੋ ਜਿਹਾ ਹੋ ਜਾਈਦਾ ਹੈ। ਕਿਤੇ ਨਾ ਕਿਤੇ ਤੇਰੇ ਅੰਦਰ ਹਾਲੀ ਇਹ ਭੁਲੇਖਾ ਪਿਆ। ਆ ਹੁਣ ਮੈਂ ਥੋੜ੍ਹੇ ਦਿਨ ਪਹਿਲੋਂ ਐਡਮਿੰਟਨ ਕਥਾ ਕਰਦਾ ਸਾਂ, ਆਖੋ ਵਾਹਿਗੁਰੂ, ਗੱਜ ਕੇ ਬੋਲੋ ਨਾ ਗੁਰੂ ਕਿਸੇ। ਅਤੇ ਮੈਂ
ਜੂਬਾ ਸਿੱਟੀ ਦਾ ਬਚਨ ਸੁਣਾਇਆ ਵੀ ਉੱਥੇ ਗੁਰਦੁਆਰੇ ਦੇ ਵਿੱਚ ਕੁੱਤੇ ਦਾ ਮਾਸ ਚੜ੍ਹਾਇਆ ਕਿਸੇ ਨੇ, ਕਾਲੇ ਕੁੱਤੇ ਦਾ ਮਾਸ ਕਾਲੇ ਕੱਪੜੇ 'ਚ ਜੂਬਾ ਸਿੱਟੀ, ਅਤੇ ਬਾਹਰ ਆਣ ਕੇ ਇੱਕ ਸਰਦਾਰ ਸਾਹਿਬ ਮੈਨੂੰ ਮਿਲੇ, ਉਹ ਕਹਿੰਦੇ ਜੀ ਤੁਸੀਂ ਇੱਡੀ ਦੂਰ ਜਾਣ ਦੀ ਕੀ ਜ਼ਰੂਰਤ ਸੀ, ਇਸ ਗੁਰਦੁਆਰੇ ਦੇ ਬੂਹੇ ਅੱਗੇ ਵੀ ਲੋਕ ਕਰਦੇ ਆ ਕੁਝ, ਭੈਣੋ ਚੌਂਕੜਾ ਮਾਰ ਕੇ ਬੈਠੋ, ਸੋਹਣੀ ਤਰ੍ਹਾਂ ਸੁਣੋ ਮੇਰੀਆਂ ਬੱਚੀਆਂ, ਆਖਿਰ ਤਾਂ ਸਾਡੇ ਵਿੱਚੋਂ ਹੀ ਉਹ ਲੋਕ ਆ ਨਾ ਜਿਹੜੇ ਤੰਤਰਕਾਂ ਮੰਤਰਕਾਂ ਮੰਗਲਵਾਰ ਅੱਜ ਦਾਲ ਆਹ ਲਿਆਉਣੀ ਆ, ਅੱਜ ਦਾਲ ਆਹ ਲਿਆ ਹੁੰਦਾ ਹੈ ਕਿ ਨਹੀਂ ਬੋਲੋ ਗੁਰੂ ਕਿਸੇ, ਅੱਜ ਦਾਲ ਆਹ ਚੜ੍ਹਾਉਣੀ, ਅੱਜ ਸ਼ਨੀਵਾਰ ਆ, ਅੱਜ ਦਾਲ, ਮੇਖਾਂ ਤੱਕ ਗੁਰਦੁਆਰਿਆਂ 'ਚ ਚੜ੍ਹਦੀਆਂ, ਮੇਖਾਂ ਤੱਕ ਕਾਲੇ ਕੱਪੜੇ ਚੜ੍ਹਾਉਂਦੇ ਗੁਰਦੁਆਰਿਆਂ ਦੇ ਵਿੱਚ, ਅੱਜ ਮੰਗਲਵਾਰ ਹੈ, ਅੱਜ ਮਾਂ ਦੀ ਦਾਲ, ਅੱਜ ਸ਼ਨੀਵਾਰ, ਅੱਜ ਫਲਾਣੀ ਦਾਲ, ਲਾਨਤ ਹੈ ਅਸੀਂ ਸਿੱਖੀ 'ਤੇ। ਸਿੱਖ ਦਾ ਘਰ ਹੋਵੇ ਅਤੇ ਮੰਗਲਵਾਰ ਦੀ ਵਿਚਾਰ ਹੋਵੇ, ਆਖੋ ਵਾਹਿਗੁਰੂ ਕੀ ਕਿਹਾ, ਸਿੱਖ ਦਾ ਘਰ ਹੋਵੇ, ਸਿੱਖ ਦਾ ਘਰ ਹੋਵੇ ਅਤੇ ਇਹਨੂੰ ਸ਼ਨੀ ਤੋਂ ਡਰ ਆਵੇ, ਸਿੱਖ ਦਾ ਘਰ ਹੋਵੇ ਮੂੰਹ ਦੇ ਉੱਤੇ ਦਾੜਾ ਹੋਵੇ, ਗੁਰੂ ਨਾਨਕ ਦਾ ਸਿੱਖ ਹੋਵੇ ਅਤੇ ਡਰੇ ਵੀਰਵਾਰ ਤੋਂ, ਅੱਜ ਜੀ ਕੱਪੜੇ ਨਹੀਂ ਧੋਣੇ ਅੱਜ ਵੀਰਵਾਰ ਆ, ਜਿਹਦੇ ਕੋਲੋਂ ਡਰਨਾ ਸੀ ਉਹਦੇ ਕੋਲੋਂ ਡਰਿਆ ਨਾ, ਆਖੋ ਵਾਹਿਗੁਰੂ। ਕੱਲ੍ਹ ਇੱਕ ਵਚਨ ਆਇਆ ਸੀ, ਸੇ ਨਿਰਭਉ, ਬੋਲੋ ਹਾਂ ਖੁੱਲ ਕੇ ਬੋਲੋ, ਜਿਨ ਭਉ ਪਿਆ, ਸੇ ਨਿਰਭਉ ਜਿਨ ਭਉ ਪਿਆ, ਅਰਥ ਕਰ ਲੋਗੇ, ਉਹ ਨਿਰਭਉ ਹੋ ਗਿਆ ਜਿਹਨੂੰ ਇਹਦਾ ਡਰ ਆ ਗਿਆ, ਡਰ ਆ ਗਿਆ, ਜਿਹੜਾ ਇਹਦੇ ਕੋਲੋਂ ਡਰ ਗਿਆ ਉਹ ਕਿਸੇ ਕੋਲੋਂ ਨਾ ਡਰਿਆ, ਭਾਵੇਂ ਸ਼ਨੀ ਦਾ ਪਿਓ ਤੁਰਿਆ ਫਿਰੇ, ਭਾਵੇਂ ਮੰਗਲ ਦਾ ਪਿਓ ਤੁਰਿਆ ਫਿਰੇ, ਉਹ ਕਿਸੇ ਕੋਲੋਂ ਨਾ ਡਰਿਆ ਜਿਹੜਾ ਗੁਰੂ ਗ੍ਰੰਥ ਸਾਹਿਬ ਤੋਂ ਡਰ ਗਿਆ, ਇੱਥੇ ਤਾਂ ਕੋਈ ਡਰ ਨਹੀਂ, ਆਖੋ ਵਾਹਿਗੁਰੂ, ਰੱਜ ਕੇ ਬੋਲੋ। ਉਹ ਸਰਦਾਰ ਸਾਹਿਬ ਜੋੜੇ ਖਾਨੇ ਖਲੋਤੇ ਮੈਨੂੰ ਕਹਿੰਦੇ, ਗਿਆਨੀ ਜੀ ਤੁਸੀਂ ਦੂਰ ਦੀ ਗੱਲ ਜੋ ਜੂਬਾ ਸਿਟੀ ਦੀ ਸੁਣਾਈ, ਇਸ ਗੁਰਦੁਆਰੇ ਦੇ ਸਾਹਮਣੇ ਵੀ ਕਾਲੇ ਕੱਪੜੇ ਫਲਾਣੇ ਕੱਪੜੇ, ਇੱਥੇ ਮਾਂ ਬੰਨ ਕੇ ਚੌਲ ਬੰਨ ਕੇ ਦਾਲਾਂ ਬੰਨ ਕੇ ਮੇਖਾਂ ਬੰਨ ਕੇ ਗੁਰਦੁਆਰੇ ਦੇ ਸਾਹਮਣੇ ਸੁੱਟ ਜਾਂਦੇ ਲੋਕੀ, ਇਹ ਸਿੱਖੀ ਹੈ, ਆਖੋ ਵਾਹਿਗੁਰੂ। ਸਿੱਖੀ ਸੀ, ਜਪੋ ਤਾਂ ਇੱਕੋ ਨਾਮਾ, ਜਪੋ ਤਾਂ ਇੱਕੋ ਨਾਮਾ, ਜਪੋ ਤੇਰੇ ਸੇਵਕ ਕੋ ਭਉ ਕਿਛ ਨਾਈ, ਤੇਰੇ ਸੇਵਕ ਕੋ ਭਉ ਕਿਛ ਨਾਈ, ਤੇਰੇ ਸ਼ਨੀ ਨੇ ਸਾਡੇ ਕੋਲ ਕੀ ਆਉਣਾ, ਮੰਗਲ ਨੇ ਕੀ ਆਉਣਾ, ਬਾਪੂ ਨੇ ਭਰੋਸਾ ਦਿੱਤਾ, ਜਮ ਨਹੀਂ ਆਵੇ ਨੇਰੇ, ਜਮ ਨਹੀਂ ਆਵੇ ਨੇਰੇ, ਜਮ ਪਕੜ ਲਓ ਸਮਝੋ, ਤੇਰੇ ਸੇਵਕ ਕੋ ਭਉ ਕਿਛ ਨਾਈ, ਤੇਰੇ ਸੇਵਕ ਕੋ ਭਉ ਕਿਛ ਨਾਈ, ਤੇਰੇ ਕਿਸੇ ਨੇ ਨਾ ਬਾਬੇ ਨੇ ਕਿਸੇ ਨੂੰ ਸ਼ਬਦ ਲਿਖ ਕੇ ਦਿੱਤਾ ਵੀ ਆਹ ਸ਼ਬਦ ਰੋਜ਼ ਪੜ੍ਹਿਆ ਕਰ, ਔਖੀ ਘੜੀ ਨਾ ਦੇਖਣ ਦੇਈ। ਮੈਂ ਠੀਕ ਪੜ੍ਹਿਆ ਜੇ ਜੀ, ਸ਼ਾਬਾ ਸ਼ਾਬਾ ਸ਼ਾਬਾ। ਅਤੇ ਜਦੋਂ ਉਹਨੇ ਇਹ ਕਿਹਾ ਵੀ ਆਹ ਸ਼ਬਦ ਪੜ੍ਹਿਆ ਕਰ, ਜਦੋਂ ਉਹਨੇ ਕਿਹਾ ਵੀ ਫਲਾਣੇ ਬਾਬੇ ਨੇ ਦਿੱਤਾ, ਮੈਂ ਕਿਹਾ ਉਹਨੇ ਦੇਈ ਨਹੀਂ ਕਿਹਾ ਹੋਊਗਾ, ਦੇਈ ਆਖਿਆ ਉਹ ਤੁਹਾਨੂੰ ਪੜ੍ਹਨ ਨੂੰ, ਨਹੀਂ ਪਤਾ ਲੱਗਾ, ਦੇਈ ਅਤੇ ਦੇਈ ਜਿਵੇਂ ਸਮਾਨ ਦਾ ਫਰਕ ਆ,
ਜੇ ਕੋਈ ਬਾਬਾ ਕਹੂਗਾ ਤਾਂ ਉਹ ਇਹੀ ਕਹੂਗਾ, ਹੱਥ ਜੋੜੋ ਗੁਰੂ ਅੱਗੇ, ਤੁਹਾਨੂੰ ਰੱਬ ਔਖੀ ਘੜੀ ਨਾ ਦੇਖਣ ਦੇਵੇ। ਅਰਥ ਜਿਹੜਾ ਬਣਦਾ ਵਾ ਮੇਰੀ ਉਹ ਬੱਚੀ, ਉਹ ਇਹ ਉਹ ਬਣਦਾ ਹੈ ਵੀ ਉਹ ਜਿਹੜਾ ਆਪਣਾ ਬਿਰਧ ਸੰਭਾਲੇ, ਬਿਰਧਮਿਣ ਦਾ ਸੁਭਾਅ ਬੋਲੋ ਭਲਾ, ਬਿਰਧਮਿਣੇ ਉਹਦਾ ਸੁਭਾਅ ਵਾ ਅਤੇ ਸੰਭਾਲੇ ਹੁੰਦਾ ਯਾਦ ਰੱਖਣਾ, ਉਹ ਮੁੱਢ ਕਦੀਮ ਤੋਂ ਆਪਣੇ ਸੁਭਾਅ ਨੂੰ ਚੇਤੇ ਰੱਖਦਾ, ਜਿਹੜਾ ਸੇਵਕ ਉਹਦਾ ਬਣ ਗਿਆ ਨਾ ਉਹਨੂੰ ਔਖੀ ਘੜੀ ਵੇਖਣ ਦਿੰਦਾ ਹੀ ਨਹੀਂ। ਮੈਨੂੰ ਨਹੀਂ ਕਹਿਣਾ ਪੈਣਾ, ਮੈਨੂੰ ਰਿਮਾਇੰਡ ਨਹੀਂ ਕਰਾਉਣਾ ਪੈਣਾ ਕਿ ਗੁਰੂ ਗ੍ਰੰਥ ਸਾਹਿਬ ਜੀ ਮੈਂ ਤੁਹਾਡਾ ਸੇਵਕ ਬਣ ਗਿਆ, ਮੇਰੀ ਹੱਥ ਜੋੜ ਕੇ ਬੇਨਤੀ ਮੈਨੂੰ ਔਖੀ ਘੜੀ ਵੇਖਣ ਨਾ ਦਿਓ। ਫਿਰ ਤਾਂ ਤੁਸੀਂ ਕਿਹਾ ਤਾਂ ਚੇਤੇ ਕਰਾਇਆ, ਉਹਨੂੰ ਤਾਂ ਚੇਤਾ ਭੁੱਲਾ ਸੀ, ਨਹੀਂ ਪਤਾ ਲੱਗਾ, ਪਕੜਿਆ ਕਿ ਨਹੀਂ ਆਖੋ ਵਾਹਿਗੁਰੂ। ਤੁਸੀਂ ਕਹਿ ਕੇ ਉਹਨੂੰ ਚੇਤੇ ਕਰਵਾਇਆ ਵੀ ਮਹਾਰਾਜ ਜੀ ਮੈਨੂੰ ਔਖੀ ਘੜੀ ਨਾ ਵੇਖਣ ਦਿਓ, ਉਹਨੂੰ ਤਾਂ ਫਿਰ ਚੇਤਾ ਭੁੱਲਾ ਸੀ ਨਾ। ਬਾਬਾ ਜਦੋਂ ਸ਼ਬਦ ਦਊਗਾ ਇਹੀ ਕਹੂਗਾ ਤੂੰ ਦੇਈ ਪੜੀ, ਮਗਰ ਮੇਰਾ ਪੰਜਵਾਂ ਪਾਤਸ਼ਾਹ ਕਹੂਗਾ ਤੂੰ ਕਹੀਂ ਧੰਨਵਾਦ ਵਿੱਚ ਡੁੱਬ ਕੇ ਕਹੀਂ, ਉਹ ਮੇਰਾ ਮਾਲਕ ਇਸ ਤਰ੍ਹਾਂ ਦਾ ਹੈ ਜਿਹੜਾ ਉਹਦੇ ਨਾਲ ਜੁੜ ਜਾਂਦਾ ਉਹਨੂੰ ਔਖੀ ਘੜੀ ਨਾ ਦੇਖਣ ਦੇਈ, ਔਖੀ ਘੜੀ ਉਹਨੂੰ ਵੇਖਣ ਦਿੰਦਾ ਹੀ ਨਹੀਂ। ਆਓ ਮੁੜੀਏ ਇੱਕ ਵਾਰ ਆਖੋ ਵਾਹਿਗੁਰੂ। ਫੁੱਲ ਵਿੱਚੋਂ ਸੁਗੰਧੀ ਉੱਠ ਖਲੋਤੀ, ਫੁੱਲ ਵਿੱਚੋਂ ਕਿਉਂ ਕਿਉਂ ਉੱਠੀ, ਜਰਾ ਸਿੱਧੇ ਹੋ ਕੇ ਦੱਸੋ, ਇਸ ਤਰ੍ਹਾਂ ਗੋਡਿਆਂ 'ਤੇ ਹੱਥ ਰੱਖ ਕੇ ਦੱਸੋ ਕਿਉਂ ਉੱਠੀ, ਕਿਉਂਕਿ ਧਰਤੀ ਨਾਲ ਜੁੜਿਆ ਰਿਹਾ ਅਤੇ ਧਰਤੀ ਨੇ ਜੁਣ ਦੀ ਦਿੱਤੀ ਅਸੀਸ, ਉਹਨੂੰ ਖੁਸ਼ਬੂ ਨਾਲ ਭਰਤਾ। ਜਿੱਦਣ ਤੁਸੀਂ ਵੀ ਜੁੜੋਗੇ ਕਿਤੇ ਜੁੜੋ ਤਾਂ ਸਹੀ, ਦੋ ਚਾਰ ਪੰਜ ਦਸ ਸਾਲ ਜੁੜ ਕੇ ਤਾਂ ਵਿਖਾਓ। ਇੱਕ ਪਲਾਂਟ ਆ ਆਖੋ ਵਾਹਿਗੁਰੂ, ਉਹਨੂੰ ਇੱਕ ਮਿੰਟ ਲਈ ਇੱਥੇ ਲਾਉਂਦੇ ਹੋ, ਦੋ ਕੁ ਮਿੰਟ ਲਈ ਇੱਥੇ ਲਾਉਂਦੇ ਹੋ, ਫਿਰ ਪੁੱਟ ਕੇ ਉਹਨੂੰ ਦੂਸਰੀ ਥਾਂ 'ਤੇ ਲਾਉਂਦੇ ਹੋ। ਪਕੜ ਰਹੇ ਹੋ ਨਾ ਮੋਟੀਆਂ ਮੋਟੀਆਂ ਗੱਲਾਂ ਨੇ, ਉਸੇ ਪਲਾਂਟ ਨੂੰ ਚੁੱਕ ਕੇ ਤੁਸੀਂ ਦੂਸਰੇ ਦਿਨ ਫਿਰ ਪੁੱਟ ਕੇ ਦੂਸਰੀ ਥਾਂ 'ਤੇ ਲਾਉਂਦੇ ਹੋ, ਕੀ ਉਹ ਪਲਾਂਟ ਹੋ ਜੂ? ਆਪਣੀ ਸੁਰਤ ਦੇ ਦਰਸ਼ਨ ਕਰੋ, ਸਾਡੀ ਸੁਰਤ ਇੱਕ ਮਿੰਟ ਸ਼ਬਦ ਨਾਲ ਜੁੜਦੀ, ਦੂਸਰੇ ਮਿੰਟ ਬਾਬੇ ਨਾਲ ਜੁੜਦੀ, ਤੀਸਰੇ ਮਿੰਟ ਪੰਡਿਤ ਨਾਲ ਜੁੜਦੀ, ਚੌਥੇ ਮੁੱਲਾਂ ਜੀ ਨਾਲ ਜੁੜਦੀ। ਕਿਤਨਾ ਮਿਲੂਗਾ ਮੇਰਾ ਮਾਲਕ? ਮੇਰੇ ਸਤਿਗੁਰੂ ਪਾਤਸ਼ਾਹ ਜੀ ਅੱਜ ਕਹਿੰਦੇ ਜਿਸ ਤਰ੍ਹਾਂ ਫੁੱਲ ਵਿੱਚੋਂ ਖੁਸ਼ਬੂ ਛੁੱਟੀ ਹੈ ਨਾ, ਤੂੰ ਸੁਕਿਰਤ ਕਰ ਕਰ ਲੀਜੇ ਰੇ ਮਨ, ਤੂੰ ਚੰਗਾ ਕੰਮ ਕਰਿਆ ਕਰ, ਗੁਰੂ ਨਾਲ ਜੁੜ, ਅੰਮ੍ਰਿਤ ਵੇਲੇ ਉੱਠਿਆ ਕਰ, ਇਸ਼ਨਾਨ ਕਰਿਆ ਕਰ ਅਤੇ ਜਪਿਆ ਕਰ ਵਾਹਿਗੁਰੂ 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 ਵਾਹਿਗੁਰੂ। ਇਹ ਸਭ ਤੋਂ ਉੱਤੇ ਦਾ ਕਰਮ ਆ, ਇਹ ਸਰੀਟੀ ਤੇ ਸਭ ਤੋਂ ਉੱਤਮ ਕਰਮ ਆ ਵਾਹਿਗੁਰੂ ਦਾ ਨਾਮ। ਗੁਰੂ ਵਾਹਿਗੁਰੂ 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 ਵਾਹਿਗੁਰੂ। ਮਨ ਨੂੰ ਟਕਾ ਚ ਲਿਆ, ਆਨੰਦ ਆ ਗਿਆ, ਭੱਜੇ ਆਇਆ ਕਰੋਗੇ। ਗੁਰੂ 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 ਤਾਰਾਂ ਜੁੜ ਗਈਆਂ, ਜੁੜ ਗਈਆਂ। ਜਿਉਂਦੇ ਰਹੋ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਗਲ ਉਦਮ ਮੈਂ ਇੱਕੋ ਹੀ ਬੋਲਦੇ ਹੋ, ਸਾਰੇ ਬੋਲੋ, ਸੁਖਮਨੀ ਸਾਹਿਬ ਤੇ ਪੜ੍ਹਦੇ ਹੀ ਹੋ ਗਏ। ਸਗਲ ਉਦਮ ਮੈਂ ਉਦਮ ਸਾਰਿਆਂ ਉਦਮਾਂ ਚੋਂ ਭਲਾ ਉਦਮ ਕਿਹੜਾ ਹੈ, ਭਲਾ ਉਦਮ ਕਿਹੜਾ ਹੈ? ਅੱਗੇ ਜਾ ਕੇ ਆਵਾਜ਼ ਦਿੱਤੀ ਜੇ ਕਿਤੇ ਐਵੇਂ ਨਾ ਮੇਰੇ ਕੋਲੋਂ ਅਰਥ ਸੁਣਿਓ, ਆਹ ਵੀ ਪੜ੍ਹੋ, ਪਿਆਰ ਨਾਲ ਪੜ੍ਹੋ, ਅਰਥ ਆਪੇ ਹੀ ਹੋ ਜਾਂਦੇ। ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ, ਸਦਾ ਵਾਹਿਗੁਰੂ ਦਾ ਨਾਮ ਜਪਿਆ ਕਰੋ। ਇਹ ਸਾਰਿਆਂ ਉਦਮਾਂ ਦੇ ਵਿੱਚੋਂ ਉੱਤੇ ਦਾ ਉਦਮ ਹੈ, ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਬੋਲੋ, ਕੇਵਲ ਪੜ੍ਹਨਾ ਨਹੀਂ ਮੇਰੀ ਉਹ ਬੱਚੀਓ, ਵੀਰੋ ਗੁਰਸਿੱਖੋ, ਆਪਣੇ ਆਪ ਨੂੰ ਵਿਸ਼ਵਾਸ ਦਿਵਾਓ ਵੀ ਸਿਮਰਨ ਦੀ ਕਿਰਿਆ ਜਿਹੜੀ ਆ ਸਭ ਤੋਂ ਉੱਚੀ ਕਿਰਿਆ ਹੈ। ਇਹ ਭਰੋਸਾ ਬਣਾਓ ਅਤੇ ਬਣਾ ਕੇ ਨਾ ਚੱਲਣਾ, ਯਾਤਰਾ ਸ਼ੁਰੂ ਕਰ ਦਿਓ। ਇੱਕ ਬੰਦਾ ਇੱਕ ਜਗ੍ਹਾ 'ਤੇ ਖਲੋਤਾ, ਆਖੋ ਵਾਹਿਗੁਰੂ, ਇੱਕ ਜਗ੍ਹਾ 'ਤੇ ਖਲੋਤਾ, ਕਹਿੰਦਾ ਮੈਂ ਯਾਤਰਾ ਕਰਨੀ, ਯਾਤਰਾ ਕਰਨੀ, ਯਾਤਰਾ ਕਰਨੀ, ਯਾਤਰਾ ਪਕੜ ਰਹੇ ਹੋ ਜੀ, ਮੈਂ ਯਾਤਰਾ ਕਰਨੀ, ਯਾਤਰਾ ਕਰਨੀ, ਅਤੇ ਗੱਡੀ ਗਾਂ ਤੋਰਦਾ ਹੀ ਨਹੀਂ। ਯਾਤਰਾ ਆਰੰਭ ਕਿੱਦਣ ਹੋਣੀ? ਜਿੱਦਣ ਤੁਸੀਂ ਕਿੱਦਣ ਤੋਰੋਗੇ, ਤੁਸੀਂ ਕਿੱਦਣ ਅੰਮ੍ਰਿਤ ਵੇਲੇ ਉੱਠੋਗੇ, ਕਿੱਦਣ ਇਸ਼ਨਾਨ ਕਰੋਗੇ? ਕੀ ਇਸ ਤਰ੍ਹਾਂ ਸਰਜੂ ਸਾਡਾ? ਇੱਕ ਵਾਰ ਮੈਨੂੰ ਦੱਸੋ ਤਾਂ ਸਹੀ, ਵੇਖੋ ਹੱਥ ਜੋੜੇ ਨੇ, ਆਹ ਗਲ 'ਚ ਪੱਲਾ ਪਾਇਆ। ਇੱਕ ਇੱਕ ਵਾਰ ਆਪਣੇ ਆਪ ਨੂੰ ਪੁੱਛ ਕੇ, ਮੈਨੂੰ ਤੁਹਾਡੇ ਚੌਂਕੀਦਾਰ, ਚੌਂਕੀਦਾਰ ਦਾ ਕੰਮ ਹੁੰਦਾ ਪੁੱਛਣਾ ਅਤੇ ਮਾਲਕ ਦਾ ਕੰਮ ਹੁੰਦਾ ਜਵਾਬ ਦੇਣਾ। ਤੁਸੀਂ ਜਵਾਬ ਦਿਓ ਵੀ ਯਾਤਰਾ ਕਿੱਦਣ ਸ਼ੁਰੂ ਕਰੋਗੇ, ਕਿੱਦਣ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੋਗੇ ਅਤੇ ਨਾਮ ਜਪੋਗੇ, ਗੁਰਸਤਿਗੁਰ ਕਾ ਜੋ। ਇੱਕ ਲੈਣ ਲਾਈ ਕਿਸੇ ਨੇ ਬਹੁਤ ਵੱਡੀ, ਆਖੋ ਵਾਹਿਗੁਰੂ, ਲੈਣ ਲਾਈ, ਕਹਿੰਦਾ ਮੁਸਲਮਾਨ ਇਸ ਲੈਣ 'ਚ ਖਲੋ ਜਾਓ, ਕ੍ਰਿਸਚਨ ਇਸ 'ਚ ਖਲੋ ਜਾਓ, ਹਿੰਦੂ ਇਸ 'ਚ ਖਲੋ ਜਾਓ, ਜਿਹੜੇ ਗੁਰੂ ਕੇ ਸਿੱਖ ਨੇ ਉਹ ਇਸ ਲੈਣ 'ਚ ਲੱਗ ਜਾਓ, ਜਿਹੜੇ ਲੱਗੇ ਸੀ ਸਿੱਖੀ ਦੀ ਲੈਨ 'ਚ, ਰਜਿਸਟਰ ਲੈ ਕੇ ਆਇਆ, ਆਖੋ ਵਾਹਿਗੁਰੂ। ਉਹਨੇ ਕਿਹਾ ਜੀ ਤੂੰ ਸਿੱਖ ਹੈ? ਕਹਿੰਦਾ ਹਾਂਜੀ। ਕੋਈ ਸ਼ੱਕ ਆ? ਮੇਰਾ ਦਾੜਾ ਵੇਖੋ, ਮੇਰੀ ਦਸਤਾਰ ਵੇਖੋ, ਮੇਰਾ ਕੜਾ ਵੇਖੋ, ਮੇਰਾ ਕਛਹਿਰਾ, ਮੇਰਾ ਕੰਘਾ, ਮੇਰੀ ਕਿਰਪਾਨ ਵੇਖੋ, ਸਿੱਖੀ ਤਾਂ ਹਾਂ। ਉਹਨੇ ਬੜੀ ਮਿੱਠੀ ਜਿਹੀ ਭਾਸ਼ਾ ਵਿੱਚ, ਬਹੁਤਾ ਕਰੂਰ ਸ਼ਬਦ ਨਹੀਂ ਬੋਲੇ, ਕਹਿੰਦਾ ਵੀ ਤੇਰਾ ਬਾਪ ਹੋਰ ਕੁਝ ਕਹਿੰਦਾ ਵੀ ਸਿੱਖ ਉਹ ਹੁੰਦਾ ਹੈ ਜਿਹੜਾ ਰਹਿ ਨਹੀਂ ਰਹੇ, ਬੋਲਦੇ ਨਹੀਂ ਜੇ ਰਹਿ ਨਹੀਂ ਰਹੇ, ਤੇਰਾ ਬਾਪ ਤਾਂ ਇਹ ਗੱਲ ਕਹਿੰਦਾ ਵੀ ਸਿੱਖ ਤਾਂ ਉਹ ਹੈ ਜਿਹੜਾ ਨਹੀਂ ਰਹਿਤ ਵਿੱਚ ਰਵੇ, ਅਤੇ ਰਹਿਤ ਵਿੱਚ ਰਹਿਣ ਵਾਲਾ ਸਿੱਖ ਤਾਂ ਅੰਮ੍ਰਿਤ ਵੇਲੇ ਉੱਠਦਾ ਹੈ, ਰਹਿਤ ਵਾਲਾ ਸਿੱਖ ਅਤੇ ਕਦੀ ਕਿਸੇ ਨੂੰ ਧੋਖਾ ਨਹੀਂ ਦਿੰਦਾ, ਆਖੋ ਵਾਹਿਗੁਰੂ। ਰਹਿਤ ਵਾਲੇ ਦੇ ਤਾਂ ਪੰਜ ਕਕਾਰ 24 ਘੰਟੇ ਅੰਗ ਸੰਗ ਰਹਿੰਦੇ, ਰਹਿਤ ਵਾਲੇ ਸਿੱਖ ਦੀ ਤਾਂ ਕਹਾਣੀ ਕੋਈ ਹੋਰ ਹੈ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣ ਭਾਣੇ ਜੇ ਚੱਲੇ ਭਾਈ, ਅਤੇ ਤੁਸੀਂ ਪੈਮਾਨਾ ਆਪ ਲਾ ਲਓ, ਜਿੰਨੇ ਮੇਰੇ ਭੈਣ ਭਰਾ ਬੈਠੇ ਹੋ, ਗੁਰਸਿੱਖ ਬੈਠੇ ਹੋ, ਪੈਮਾਨਾ ਲਾਓ, ਤੁਹਾਡੇ ਘਰ 'ਚ ਕੋਈ ਚੋਟ ਵੱਜਦੀ, ਸਾਡੀ ਜ਼ਿੰਦਗੀ 'ਚ ਚੋਟਾਂ ਵੱਜ ਰਹੀਆਂ ਨੇ, ਵੱਡਾ ਪੁੱਤ ਹੋ ਗਿਆ ਵਾ, ਆਖੋ ਵਾਹਿਗੁਰੂ। ਜਦੋਂ ਪੁੱਤ ਨੇ ਆਖਿਆ ਨਹੀਂ ਡੈਡੀ ਮੈਂ ਤੁਹਾਡਾ ਕਹਿਣਾ ਨਹੀਂ ਮੰਨਣਾ, ਇਹਦੇ ਤੋਂ ਵੱਡੀ ਚਪੇੜ ਕਿਹੜੀ? ਹਾਜ਼ਰ ਰਹੋ, ਇੱਕ ਵਾਰ ਮੈਨੂੰ ਦੱਸੋ ਤੁਹਾਡੀਆਂ ਲੱਤਾਂ ਥੱਕ ਗਈਆਂ ਵੀਰ ਜੀ? ਨਹੀਂ, ਅਚੇਤਨਤਾ 'ਚ ਕਰਦੇ ਹਾਂ ਆਪਾਂ, ਮੈਂ ਵੀ ਜੇ ਨਾ ਨਾ ਧਿਆਨ ਕੀਤਾ ਹੋਵੇ ਤਾਂ ਇਸ ਤਰ੍ਹਾਂ ਹੀ ਬੈਠਾ ਹੋਊਗਾ। ਜੇ ਮੇਰਾ ਧਿਆਨ ਆ, ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬੈਠਾ, ਤੁਸੀਂ ਕਿਸੇ DC ਕੋਲ ਬੈਠੇ ਹੋ, ਇੱਕ ਮਿੰਟ ਲਈ ਕੀ ਮੈਂ ਕਿਹਾ?
ਇਤਨਾ ਬੈਠੋਗੇ? ਬੋਲੋ ਜੀ, ਕਿਤਨਾ ਬੈਠੋਗੇ? ਸਭ ਤਾਂ ਹੋ ਕੇ ਵੀ ਮੈਂ ਡੀ ਸੀ ਸਾਹਿਬ ਦੇ ਕੋਲ ਬੈਠਾ, ਇਹ ਡੀ ਸੀਆਂ ਦਾ ਪਿਓ ਆ, ਡੀ ਸੀਆਂ ਦਾ ਮਾਲਕ ਆ, ਰਾਜਿਆਂ ਦਾ ਰਾਜਾ ਹੈ, ਇਹ ਸੂਰਜਾਂ ਦਾ ਸੂਰਜ ਹੈ, ਇਹ ਮਹਾਨ ਉਪਮਾ ਦਾ ਮਾਲਕ ਹੈ ਗੁਰੂ ਗ੍ਰੰਥ ਸਾਹਿਬ ਜੀ। ਹਾਂ ਥੱਕੀਆਂ ਨੇ ਲੱਤਾਂ, ਫਿਰ ਵੱਖਰੀ ਕਹਾਣੀ, ਕੋਈ ਪ੍ਰੋਬਲਮ ਹੈ ਫਿਰ ਗੁਰੂ ਵੀ ਬਖਸ਼ੂ ਅਤੇ ਦਾਸ ਨੂੰ ਮਾਫ਼ੀ ਦੇ ਦਿਓ। ਆਖੋ ਵਾਹਿਗੁਰੂ। ਆਪਣ ਭਾਣੇ ਜੋ ਚੱਲੇ ਭਾਈ, ਬੋਲੋ, ਭਾਣਾ ਹੁੰਦਾ ਹੁਕਮ, ਜਿਹੜਾ ਆਪਣੇ ਹੁਕਮ ਵਿੱਚ ਚੱਲਣਾ ਸ਼ੁਰੂ ਕਰ ਦੂਗਾ ਉਹ ਵਿਛੜ, ਕਿਉਂਕਿ ਗੁਰੂ ਦਾ ਅਤੇ ਸਿੱਖ ਦਾ ਸੰਬੰਧ ਬਣਦਾ ਹੁਕਮ 'ਤੇ ਆਣ ਕੇ, ਹੁਕਮੀ ਹੁਕਮ ਚਲਾਏ ਰਾਹ, ਹੁਕਮ ਦੇ ਨਾਲ ਹੀ ਰਾਹ ਬਣਦੇ ਨੇ, ਹੁਕਮ ਨਾਲ ਹੀ ਗੁਰੂ ਨਾਲ ਸੰਬੰਧ ਬਣਦਾ, ਅਤੇ ਜਿਹੜਾ ਬੰਦਾ ਹੁਕਮ ਨੂੰ ਛੱਡ ਗਿਆ ਉਹਦਾ ਗੁਰੂ ਨਾਲ ਸੰਬੰਧ ਟੁੱਟ ਗਿਆ। ਜਿਹੜਾ ਆਪਣੇ ਰਾਹ ਚੁਣ ਲਏ ਜਿੰਨੇ, ਤੁਸੀਂ ਦੱਸੋ, ਮੈਨੂੰ ਪਤਾ ਥੋੜ੍ਹੀ ਜਿਹੀ ਪੀੜਾ ਹੋਣੀ ਹੈ। ਆਖੋ ਵਾਹਿਗੁਰੂ। ਕਦੀ ਸਿੱਖ ਦੀ ਜ਼ਿੰਦਗੀ 'ਚ ਗੁਰੂ ਨੇ ਇਜਾਜ਼ਤ ਦਿੱਤੀ ਸ਼ਰਾਬ ਪੀਣ ਦੀ? ਇਹ ਰਾਹ ਬਣਾਇਆ ਜੇ ਕਿ ਗੁਰੂ ਨੇ ਬਣਾ ਕੇ ਦਿੱਤਾ ਤੁਹਾਨੂੰ? ਬੋਲੋ ਨਾ, ਖੁੱਲ੍ਹ ਕੇ ਬੋਲੋ। ਜੇ ਆਪਣੇ ਹੀ ਰਾਹ ਬਣਾ ਲਿਆ ਜੇ ਤਾਂ ਫਿਰ ਵਿਛੜ ਚੋਟਾਂ ਖਾਏ। ਬੋਲੋ, ਵਿਛੜ ਚੋਟਾਂ ਖਾਵੇ, ਖਾਂਦਾ ਹੈ ਕਿ ਨਹੀਂ? ਬੋਲੋ, ਖਾਣ ਡੈਂਕ ਨਹੀਂ? ਅੱਜ ਅਸੀਂ ਧੀ ਸਾਡੀ ਆਖੇ ਨਹੀਂ ਲੱਗਦੀ, ਔਰਤ ਸਾਡੇ ਆਖੇ ਨਹੀਂ ਲੱਗਦੀ, ਪੁੱਤਰ ਸਾਡੇ ਆਖੇ ਨਹੀਂ ਲੱਗਦਾ, ਰਾਤ ਨੂੰ ਇਸ ਤਰ੍ਹਾਂ ਮੂੰਹ ਵੱਟ ਕੇ ਇੱਕ ਦੂਸਰੇ ਤੋਂ ਸੌਂ ਜਾਂਦੇ ਜੀ, ਕੋਈ ਲੜੇ ਹੁੰਦੇ ਨੇ? ਗੁਰੂ ਕੇ ਸਿੱਖੋ, ਇਹ ਸਾਰੀ ਕਹਾਣੀ ਉਦੋਂ ਬਣੀ ਜਦੋਂ ਤੁਸੀਂ ਗੁਰੂ ਦੇ ਹੁਕਮ 'ਚੋਂ ਬਾਹਰ ਹੋਏ, ਨਹੀਂ ਤਾਂ ਗੁਰੂ ਨੇ ਆਖੋ ਵਾਹਿਗੁਰੂ। ਇੱਕ ਬਚਨ ਲਿਖਿਆ ਪੰਜਵੇਂ ਪਾਤਸ਼ਾਹ ਗੁਰੂ ਗੋਬਿੰਦ ਗੁਰੂ ਅਰਜਨ ਦੇਵ ਸਾਹਿਬ ਨੇ, ਹਰਖ ਅਨੰਤ, ਬੋਲੋ, ਹਰਖ ਮਣੇ ਖੁਸ਼ੀਆਂ, ਅਨੰਤ ਮਣੇ ਜਿਹਦਾ ਕੋਈ ਅੰਤ ਹੀ ਨਹੀਂ, ਹਰਖ ਅਨੰਤ ਸੋਗ ਨਹੀਂ ਬੀਆ, ਸੋਗ ਨਹੀਂ ਬੀਆ, ਇਹਦਾ ਅਰਥ ਇਹ ਬਣਦਾ ਮੋਟਾ ਜਿਹਾ, ਮੈਂ ਦੱਸ ਲੈਂਦਾ ਫਿਰ ਤੁਹਾਨੂੰ ਪਤਾ ਲੱਗ ਜੂ। ਸੋ ਘਰ ਗੁਰੂ ਨਾਨਕ ਕੋ ਦੀਆ, ਗੁਰੂ ਨਾਨਕ ਨੂੰ ਉਹ ਘਰ ਦਿੱਤਾ ਸੀ, ਤੇਰਾ ਅਤੇ ਤੇਰੇ ਸਿੱਖ ਦਾ ਘਰ ਇਸ ਤਰ੍ਹਾਂ ਦਾ ਹੋਊਗਾ ਜਿੱਥੇ ਅਨੰਤ ਅਨੰਤ ਖੁਸ਼ੀਆਂ ਤਾਂ ਹੋਣਗੀਆਂ, ਗਮੀ ਕਦੀ ਪੈਦਾ ਹੀ ਨਹੀਂ ਹੋਊਗੀ। ਅਤੇ ਘਰ ਸਾਡੇ ਅੱਜ ਇਸ ਤਰ੍ਹਾਂ ਦੇ ਹੀ ਨੇ। ਬੋਲੋ ਜੀ, ਗੁਰੂ ਕੇ ਸਿੱਖੋ। ਚਲੋ ਗੁਰਦੁਆਰੇ 'ਤੇ ਮੰਥਨ ਹੀ ਕਰਨ ਆਉਂਦੇ ਹਾਂ ਨਾ, ਗੁਰਦੁਆਰੇ 'ਤੇ ਰਿੜਕਣ ਹੀ ਆਉਂਦੇ ਹਾਂ ਨਾ। ਆਖੋ ਵਾਹਿਗੁਰੂ। ਆਪਣੇ ਆਪ ਦੀ ਜ਼ਿੰਦਗੀ ਨੂੰ ਰਿੜਕਣ ਹੀ ਗੁਰਦੁਆਰੇ ਆਈਦਾ ਹੈ ਨਾ, ਪਰਚਾ ਪਾਉਣ ਹੀ ਆਈਦਾ, ਸਮਝਣ ਹੀ ਆਈਦਾ ਨਾ, ਗੁਰੂ ਗੁਰੂ ਦੁਆਰੇ ਹੋਏ ਸੋਝੀ। ਜੇ ਸੋਝੀ ਲੈਣਾ ਆ ਤਾਂ ਇੱਕ ਵਾਰ ਆਪਣੇ ਅੰਦਰ ਝਾਤੀ ਮਾਰੋ, ਆਪੋ ਆਪਣੇ ਘਰ 'ਚ ਮੁੜ ਜਾਓ ਸੁਰਤ ਕਰਕੇ, ਅਤੇ ਵੇਖੋ ਹਾਂ ਸਾਡੇ ਘਰ ਦੇ ਵਿੱਚ ਕੋਈ ਮਾਹੌਲ ਇੰਨਾ ਚੰਗਾ ਹੈ, ਕਿਤੇ ਜ਼ਿੰਦਗੀ ਸ਼ਾਂਤੀ ਵਾਲੀ ਹੈ। ਮੇਰਾ ਗੁਰੂ ਨਾਨਕ ਕਹਿੰਦਾ ਸਿੱਖ ਦਾ ਘਰ ਉਹ ਘਰ ਆ ਜਿੱਥੇ ਅਨੰਤ ਖੁਸ਼ੀਆਂ ਨੇ, ਗਮੀ ਕਦੀ ਪੈਦਾ ਹੀ ਨਹੀਂ ਹੁੰਦੀ, ਅਤੇ ਜੇ ਗਮੀਆਂ ਨੇ ਡੇਰੇ ਲਾਏ ਨੇ, ਦੁੱਖਾਂ ਨੇ ਡੇਰੇ ਲਾਏ ਨੇ, ਤਾਂ ਸਮਝ ਲਓ ਕਿਤੇ ਗੁਰੂ ਦੇ ਨਾਲੋਂ ਹੁਕਮ ਨਾਲੋਂ ਸਾਡਾ ਸੰਬੰਧ ਟੁੱਟ ਗਿਆ। ਪੱਤਾ ਕਿੱਦਣ ਕਮਲਾਉਂਦਾ ਹੈ, ਪੱਤਾ ਕਿੱਦਣ ਸੁੱਕਦਾ ਹੈ? ਆਖੋ ਵਾਹਿਗੁਰੂ। ਇੱਕ ਪੱਤਾ ਦਰਖਤ ਨਾਲੋਂ ਜਦੋਂ ਟੁੱਟ ਜਾਂਦਾ ਹੈ ਤਾਂ ਪਹਿਲੇ ਦਿਨ ਤੋਂ ਕਮਲਾਉਣਾ ਸ਼ੁਰੂ ਹੋ ਜਾਂਦਾ ਕਿ ਨਹੀਂ? ਬੋਲੋ, ਸਾਡੇ ਚਿਹਰੇ ਕਿਤਰਾਂ ਨੇ ਅੱਜ, ਕਮਲਾਏ ਕਿ ਖਿੜੇ? ਬੋਲੋ, ਕਿਉਂ ਕਮਲਾਏ? ਗੁਰੂ ਰੂਪੀ ਦਰਖਤ ਨਾਲੋਂ ਸਾਡਾ ਸੰਬੰਧ ਟੁੱਟ ਗਿਆ, ਫਿਰ ਕਮਲਾਏ ਹੀ ਨਹੀਂ, ਆਸਤੇ 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 ਸੁੱਕਦੇ ਸੁੱਕਦੇ ਸੁੱਕ ਗਏ। ਫਿਰ ਸੁੱਕ ਕੇ ਕੀ, ਪੈਰਾਂ 'ਚ ਡਿੱਗ ਪਏ, ਜਿਨ੍ਹਾਂ ਦੇ ਅਸੀਂ ਕਦੀ ਸਰਤਾਜ ਸਾਂ ਇਸ ਵਤਨ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਸਾਡੀ ਕੌਮ ਕਦੀ ਸਰਦਾਰ ਕੌਮ ਸੀ, ਮਰਾਠਿਆਂ ਰਾਜਪੂਤਾਂ ਦੂਸਰਿਆਂ ਤੀਸਰਿਆਂ ਸਭ ਜਾਤ ਵਾਲਿਆਂ ਨੇ ਆਣ ਕੇ ਜੱਸਾ ਸਿੰਘ ਆਲੂਵਾਲੀਏ ਨੂੰ, ਸਰਦਾਰ ਬਘੇਲ ਸਿੰਘ ਨੂੰ, ਇਹਨਾਂ ਗੁਰੂ ਕੇ ਨਵਾਬ ਕਪੂਰ ਸਿੰਘ ਨੂੰ ਪੈਰਾਂ ਵਿੱਚ ਹੱਥ ਰੱਖ ਕੇ ਆਣ ਕੇ ਜੁੜ ਕੇ ਕਿਹਾ ਸੀ, ਸਰਦਾਰੋ ਤੁਹਾਡੀ ਬਦੌਲਤ ਮੁਗਲ ਭੱਜ ਗਏ ਨੇ, ਤੁਹਾਡੀ ਬਦੌਲਤ
ਅਤੇ ਤੁਸੀਂ ਖਾਲਸਾ ਰਾਜ ਇੱਥੇ ਦਿੱਲੀ 'ਤੇ ਆਣ ਕੇ ਬੈਠੇ ਹੋ, ਅਸੀਂ ਤੁਹਾਨੂੰ ਨਜ਼ਰਾਨੇ ਦੇਣ ਆਏ ਹਾਂ ਕਿਉਂਕਿ ਤੁਸੀਂ ਸ਼ਹਿਨਸ਼ਾਹ ਦੇ ਪੁੱਤ ਸ਼ਹਿਨਸ਼ਾਹ ਬਣ ਕੇ ਵਿਖਾਇਆ। ਕਿੱਥੇ ਚਲੇ ਗਈ ਹੈ ਸਾਡੀ ਕਹਾਣੀ? ਆਖੋ ਵਾਹਿਗੁਰੂ। ਸਾਡਾ ਸੰਬੰਧ ਟੁੱਟ ਗਿਆ ਅਤੇ ਜਿੱਥੇ ਕੱਲ੍ਹ ਦਰਖਤ ਨਾਲ ਜਦੋਂ ਲੱਗਾ ਸੀ, ਪੱਤਾ ਪਕੜ ਰਹੇ ਹੋ ਨਾ, ਸੁਸਤੀ ਤਾਂ ਨਹੀਂ ਪਈ? ਦਰਖਤ ਨਾਲ ਜਦੋਂ ਲੱਗਾ ਸੀ, ਸਿਰ ਦੇ ਉੱਤੇ ਸੀ ਕਿ ਪੈਰਾਂ 'ਚ? ਸਿਰ 'ਤੇ ਸੀ ਨਾ, ਅਤੇ ਠੰਡੀ ਹਵਾ ਦਿੰਦਾ ਸੀ, ਆਕਸੀਜਨ ਛੱਡਦਾ ਸੀ, ਸਭ ਕੁਝ ਹੀ ਸਾਡੇ ਕੋਲ ਸੀ, ਠੰਡੀ ਹਵਾ ਵੀ ਆਕਸੀਜਨ ਵੀ, ਜਿੱਦਣ ਅਸੀਂ ਦਰਖਤ ਨਾਲ ਜੁੜੇ ਸਨ, ਜਿੱਦਣ ਦੇ ਟੁੱਟ ਗਏ, ਨਾ ਸਾਡੇ 'ਚ ਉਹ ਨਾ ਆਕਸੀਜਨ ਆ, ਨਾ ਅਸੀਂ ਸਰਤਾਜ ਹਾਂ, ਪੈਰਾਂ 'ਚ ਪਏ ਹਾਂ। ਆਖੋ ਮੰਨ ਜਾਓ ਗੁਰੂ ਨਾਨਕ ਪਾਤਸ਼ਾਹ ਦੇ ਪੁੱਤਰੋ, ਇੱਕ ਤਾਂ ਮਨ ਵਿੱਚ ਆਈ ਗਈ ਨਾ ਗੱਲ ਕਰਨੀ, ਅੱਜ ਵੇਲੇ ਇਸ ਵੇਲੇ ਇੱਕ ਬਿਹਾਰੀ ਦੇ ਮੂੰਹ 'ਤੇ ਕੁਛ ਪੇੜ ਮਾਰੇ ਅਤੇ ਉਹਦਾ ਪਰਚਾ ਦਰਜ ਹੁੰਦਾ ਹੈ? ਸਿੱਖ ਦੇ ਦਾੜੇ 'ਚ ਕੋਈ ਹੱਥ ਪਾਵੇ, ਕੋਈ ਪਰਚਾ ਦਰਜ ਨਹੀਂ। ਨੋਟ ਕਰੋ, ਨੋਟ ਕਰੋ, ਇਹ ਸਭ ਕੁਝ ਵਾਪਰਿਆ ਤਾਂ ਵਾ ਕਿਉਂਕਿ ਇਹਦੇ ਨਾਲ ਸੰਬੰਧ ਟੁੱਟਾ ਹੈ। ਜਿਹੜਾ ਥੱਲੇ ਪਿਆ ਹੋਵੇ ਨਾ ਪੱਤਾ, ਹਾਂਜੀ, ਜਿਹੜਾ ਪੱਤਾ ਦਰਖਤ ਨਾਲ ਟੁੱਟ ਕੇ ਥੱਲੇ ਪਿਆ ਹੋਵੇ, ਵੇਖਿਆ ਜੇ ਹਰ ਬੰਦਾ ਪੈਰ ਮਾਰ ਕੇ ਗਾਂਹ ਲੰਘ ਜਾਂਦਾ, ਜਿਹੜਾ ਉੱਤੇ ਲੱਗਾ ਉਹਨੂੰ ਮਾਰ ਕੇ ਵਿਖਾਏ, ਪਕੜ ਰਹੇ ਹੋ? ਆਖੋ ਵਾਹਿਗੁਰੂ। ਫਿਰ ਕਮਾਲ ਦੀ ਗੱਲ, ਜਦੋਂ ਸੁੱਕ ਗਿਆ, ਜਿੱਧਰ ਦੀ ਹਵਾ ਆਈ, ਇੱਕ ਵਾਰ ਉੱਚੀ ਸਾਰੀ ਬੋਲੋ ਅਤੇ ਚੰਗੀ ਤਰ੍ਹਾਂ ਫੋਟੋ ਵੇਖ ਲਓ, ਜਿਹੜੇ ਟੁੱਟ ਗਏ ਪੱਤੇ, ਜਿੱਧਰ ਦੀ ਹਵਾ ਵਗੀ, ਖੜ 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 ਕਰਦੇ ਉਹਨੂੰ ਉੱਡ ਗਏ, ਉੱਧਰੋਂ ਐਂ ਦੀ ਹਵਾ ਆਈ ਉਹਨੂੰ ਉੱਡ ਗਏ। ਅੱਜ ਸਿੱਖ ਕਿੱਥੇ ਖਲੋਤਾ ਹੈ? ਇਸ ਤਰ੍ਹਾਂ ਹੀ ਹੈ ਨਾ, ਕਦੀ ਐਂ ਨੂੰ ਅਤੇ ਕਦੀ ਐਂ ਨੂੰ। ਗੁਰੂ ਕਿਹਾ ਸਿੱਖਾ ਆ, ਅੱਜ ਮੇਰਾ ਬਾਬਾ ਕਹਿੰਦਾ ਜੀ, ਸੁਕਿਰਤ ਕਰ ਕਰ ਲੀਜੇ ਰੇਮ, ਹਨ ਤੂੰ ਵੀ ਪਾ ਸਕਦਾ ਹੈ ਉਹਨੂੰ, ਲੋਕਾਂ ਵੱਲ ਵੇਖ ਕੇ ਸੜਿਆ ਨਾ ਕਰ। ਅੱਖ ਵਾਹਿਗੁਰੂ। ਐਰਖਵਾਦ ਨਾ ਕੀਜੇ ਰੇ ਮਨ, ਅੱਗੇ ਕੀ ਆ, ਸੁਕਿਰਤ ਕਰ ਕਰ, ਸੁਕਿਰਤ ਕਰਿਆ ਕਰ, ਚੰਗਾ ਕੰਮ ਕਰਿਆ ਕਰ। ਵਾਹਿਗੁਰੂ ਵਾਹਿਗੁਰੂ, ਇਹ ਸੁਕਿਰਤ ਹੈ, ਚੰਗਾ ਕੰਮ ਹੈ। ਵਾਹਿਗੁਰੂ 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 ਵਾਹਿਗੁਰੂ। ਆਰੰਭ ਆਰੰਭ ਵਾਹਿਗੁਰੂ 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 ਵਾਹਿਗੁਰੂ। ਅਕੋ ਸਤਨਾਮ ਸ੍ਰੀ ਵਾਹਿਗੁਰੂ। ਸ਼ਬਦ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਿਓ, ਮੇਰੀ ਮੱਤ ਬੜੀ ਥੋੜ੍ਹੀ ਹੈ, ਜੇ ਤੁਸੀਂ ਸੁਚੇਤ ਹੋ ਕੇ ਸੁਣੋਗੇ ਤਾਂ ਹੋ ਸਕਦਾ ਹੈ ਸ਼ਬਦ ਵਿੱਚੋਂ ਤੁਹਾਨੂੰ ਮੇਰੇ ਤੋਂ ਜ਼ਿਆਦਾ ਸੋਝੀ ਪੈ ਜਾਏ। ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੋ। ਇਹ ਈਰਖਾ ਕਰਦਾ ਸੀ ਵੀ ਕਿਸੇ ਨੂੰ ਤਾਂ ਤੂੰ ਪਲੰਘ ਦਿੱਤੇ ਨੇ। ਆਖੋ ਵਾਹਿਗੁਰੂ। ਕਾਹੂ ਦੀਨੇ ਪਾਟ ਪਟੰਬਰ, ਉੱਤੇ ਆ ਰਿਹਾ ਜੀ, ਆ ਰਿਹਾ, ਕਿਸੇ ਨੂੰ ਤੂੰ ਰੇਸ਼ਮੀ ਕੱਪੜੇ ਪਾਉਣ ਨੂੰ ਦਿੱਤੇ ਨੇ। ਕਾਹੂ ਦੀਨੇ ਅਤੇ ਕਾਹੂ ਪਲੰਘ, ਹੁਣ ਤਾਂ ਨਵੀਂ ਨਸਲ ਨੂੰ ਤਾਂ ਪਤਾ ਹੀ ਨਹੀਂ ਹੋਣਾ ਬੇਟਾ, ਤੁਹਾਨੂੰ ਤਾਂ ਨਹੀਂ ਪਤਾ ਨਵਾਰੀ ਪਲੰਘਾਂ ਦਾ, ਵੇਖੇ ਬਜ਼ੁਰਗਾਂ ਨੂੰ ਪਤਾ ਹੈ, ਤੂੰ ਵੀ ਨਹੀਂ ਵੇਖਿਆ ਹੋਣਾ ਨਵਾਰੀ ਪਲੰਘ, ਚਿੱਟੇ ਰੰਗ ਦੀ ਨਵਾਰ ਲੱਗੀ ਹੁੰਦੀ। ਕਹਿੰਦੇ ਕਿਸੇ ਨੂੰ ਤਾਂ ਤੂੰ ਰੇਸ਼ਮੀ ਕੱਪੜੇ ਪਾਉਣ ਨੂੰ ਦਿੱਤੇ, ਕਿਸੇ ਨੂੰ ਪਹਿਲੋਂ ਬਹੁਤ ਹੁੰਦਾ ਸੀ, ਹੁਣ ਤਾਂ ਤੁਹਾਡੇ ਬੈੱਡ ਹੀ ਨਵੇਂ ਨਵੇਂ ਬਣ ਗਏ, ਨਹੀਂ ਤਾਂ ਪਹਿਲੋਂ ਹੁੰਦਾ ਸੀ ਫਲਾਣੇ ਦੇ ਘਰ ਨਵਾਰੀ ਪਲੰਘ ਆ, ਹੁੰਦਾ ਸੀ ਜੀ, ਬੜੀ ਇੱਕ ਮਾਣ ਵਾਲੀ ਗੱਲ ਹੁੰਦੀ ਸੀ ਨਵਾਰੀ ਪਲੰਘ। ਮੇਰਾ ਸਤਿਗੁਰੂ ਗਰੀਬ ਨਵਾਜ਼ ਗੁਰੂ ਗ੍ਰੰਥ ਸਾਹਿਬ ਦਾ ਅੰਮ੍ਰਿਤ ਵਚਨ ਹੈ, ਹੇ ਵਾਹਿਗੁਰੂ ਤੂੰ ਕਿਸੇ ਨੂੰ ਤਾਂ ਬੜੇ ਰੇਸ਼ਮੀ ਕੱਪੜੇ ਦਿੱਤੇ, ਕਈਆਂ ਨੂੰ ਪਲੰਘਾਂ ਉੱਤੇ ਸਵਾਇਆ। ਅਗਲੇ ਵਚਨ ਵੇਖਿਓ, ਆਖੋ ਵਾਹਿਗੁਰੂ, ਗੱਜ ਕੇ ਬੋਲੋ। ਕਹੂੰ ਗਰੀ ਗੋਦਰੀ ਨਾਈ, ਗਰੀ ਬਣੇ ਗਲੀ ਹੋਈ, ਗੋਦਰੀ ਬਣੇ ਤਲਾਈ, ਕਿਸੇ ਕੋਲ ਗਲੀ ਹੋਈ,
ਤੁਸੀਂ ਸੁਣੋ ਹਾਲੀ, ਜਦੋਂ ਮੈਂ ਕਹੂੰਗਾ ਉਦੋਂ ਵੇਖ ਲਿਓ, ਜਿਹੜੀ ਗੱਲ ਮੈਨੂੰ ਪਤਾ ਹੋਵੇ ਤੁਹਾਨੂੰ ਸਮਝ ਨਹੀਂ ਲੱਗਣੀ। ਜੇ ਦੋ ਪਾਸੇ ਧਿਆਨ ਹੋਇਆ ਨਾ, ਨਾ ਸੁਣਿਆ ਜਾਣਾ ਨਾ ਪੜ੍ਹਿਆ ਜਾਣਾ, ਅੱਖਾਂ ਮੀਟ ਕੇ ਸੁਣੋ। ਅੱਖ ਵਾਹਿਗੁਰੂ, ਗੱਜ ਕੇ ਬੋਲੋ। ਕਹੂੰ ਗਰੀ ਗੋਦਰੀ ਨਾਹੀਂ ਕਾਹੂੰ ਖਾਨ ਪਰਾਰਾ। ਪਰਾਲੀ ਵੇਖੀ ਜੇ ਪਰਾਲੀ, ਪਰਾਲੀ ਕਈਆਂ ਦੇ ਘਰਾਂ 'ਚ ਨਾ ਮੰਜਾ ਹੁੰਦਾ ਹੈ, ਨਾ ਗੋਦੜੀ ਹੁੰਦੀ, ਨਾ ਪਲੰਘ ਹੁੰਦੇ, ਉਹ ਵਿਚਾਰੇ ਪਰਾਲੀ ਵਿਛਾ ਕੇ ਸੁੱਤੇ ਹੁੰਦੇ। ਇਹ ਸਾਰਾ ਕੁਝ ਉਸ ਮਾਲਕ ਦਾ ਖੇਲ ਹੈ। ਅਤੇ ਕਹਿੰਦਾ ਇਹ ਤੂੰ ਸਾਰਾ ਕੁਝ ਵੇਖ ਕੇ ਨਾ, ਜਿਹਨਾਂ ਨੂੰ ਪਲੰਘ ਦਿੱਤੇ ਅਤੇ ਰੇਸ਼ਮੀ ਕੱਪੜੇ ਨੇ, ਸੜਿਆ ਨਾ ਕਰ, ਇਹ ਅਲਾਮੇ ਨਾ ਦਿਆ ਕਰ ਵੀ ਵੇ ਵਾਹਿਗੁਰੂ ਜੀ, ਕਿਸੇ ਨੂੰ ਤਾਂ ਤੂੰ ਪਲੰਘ ਦਿੱਤੇ, ਰੇਸ਼ਮੀ ਕੱਪੜੇ ਦਿੱਤੇ, ਅਤੇ ਕਿਸੇ ਨੂੰ ਗਲੀ ਤਲਾਈ ਵੀ ਨਹੀਂ ਦਿੱਤੀ, ਅਤੇ ਕਿਸੇ ਨੂੰ ਪਰਾਲੀ 'ਤੇ ਸਵਾਤਾ ਹੀ। ਤੂੰ ਚੰਗਾ ਕਰਮ ਕਰ, ਤੈਨੂੰ ਵੀ ਬਖਸ਼ੂਗਾ। ਅੱਖ ਵਾਹਿਗੁਰੂ। ਸੁਕਿਰਤ ਕਰ ਕਰ ਲੀਜੇ ਰਿਮਨ, ਰਾਹ ਬੜਾ ਸੋਹਣਾ ਦੱਸਦਾ ਵੀ ਚੰਗਾ ਕੰਮ ਤੂੰ ਵੀ ਕਰਿਆ ਕਰ, ਅਤੇ ਚੰਗਾ ਕੰਮ ਇਹ ਨੀਗਾ ਵੀ ਤੁਸੀਂ ਕੇਵਲ ਲੰਗਰ ਲਾ ਦਿਓ। ਅੱਖ ਵਾਹਿਗੁਰੂ। ਕੀ ਕਿਹਾ ਮੈਂ ਬੜਾ? ਕੇਵਲ ਲੰਗਰ ਲਾ ਦਿਓ, ਜਰਸੀਆਂ ਵੰਡ ਦਿਓ, ਬੜਾ ਚੰਗਾ ਕੰਮ ਹੋ ਸਕਦਾ। ਮਗਰ ਵੱਡਾ ਸਭ ਤੋਂ ਚੰਗਾ ਕੰਮ ਕੀ ਹੈ? ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਰੱਬ ਦੀ ਬਾਣੀ ਪੜ੍ਹਨੀ, ਸਰਬੱਤ ਦਾ ਭਲਾ ਮੰਗਣਾ, ਸਰਬੱਤ ਦਾ। ਇਤਰਾ ਕਰੋ ਹਾਂ, ਇੱਕ ਵਾਰ ਐਂ ਉਂਗਲ ਕਰਕੇ ਕਹੋ ਵੀ ਉਹਦਾ ਭਲਾ ਹੋ ਜਾਏ। ਕਿਤੇ ਇੱਕ ਵਾਰ ਆਪਣੀ ਜ਼ਿੰਦਗੀ 'ਚ ਇਹਨੂੰ ਪ੍ਰੈਕਟੀਕਲ ਤੌਰ 'ਤੇ ਲਿਆ ਕੇ ਵੇਖੋ। ਆਹ ਜਿਹੜਾ ਮੇਰਾ ਸਾਹਮਣੇ ਪੜੋਸੀ ਰਹਿੰਦਾ ਨਾ ਜੀ, ਉਂਗਲ ਕਰਕੇ ਆਖਿਆ ਕਰੋ ਮਹਾਰਾਜ ਦਾ ਭਲਾ ਕਰ, ਅਤੇ ਇੱਕ ਦਿਨ ਤੁਹਾਨੂੰ ਅੰਦਰੋਂ ਆਵਾਜ਼ ਮਾਲਕ ਦੇਣਗੇ, ਵੇਖੋ ਭਲਿਆ ਤੂੰ ਇੱਕ ਉਂਗਲ ਚੁੱਕੀ, ਕਿਸੇ ਵਾਲੇ ਦਾ ਭਲਾ ਹੋ ਜਾਏ। ਅਤੇ ਆਹ ਵੇਖ, ਉਹ ਪੜ੍ਹ ਰਹੇ ਹੋ ਗੁਰੂ ਕੇ ਸਿੱਖੋ, ਆਹ ਤਿੰਨ ਤੂੰ ਨਹੀਂ ਕੀਤੀਆਂ, ਇਹ ਮੈਂ ਕਰਤੀਆਂ ਨੇ, ਕੁਦਰਤ ਨੇ ਕਰਤੀਆਂ ਨੇ। ਇੱਕ ਉਂਗਲ ਉਹਦੇ ਵੱਲ ਕੀਤੀ, ਮੈਂ ਤੇਰੇ ਵੱਲ ਤਿੰਨ ਉਂਗਲਾਂ ਕਰਤੀਆਂ, ਤੂੰ ਕਿਹਾ ਉਹਦਾ ਭਲਾ ਹੋ ਜੇ, ਮੈਂ ਕਹਿੰਦਾ ਉਹਦੇ ਤੋਂ ਤਿੰਨ ਗੁਣਾ ਜ਼ਿਆਦਾ ਤੇਰਾ ਭਲਾ ਹੋ ਜੇ, ਕਿਉਂਕਿ ਤੇਰੇ ਮੂੰਹ ਦੇ ਵਿੱਚੋਂ ਆਖਿਆ ਕਿਸੇ ਦਾ ਭਲਾ ਹੋਵੇ। ਉਹ ਪਿਰਤੀ ਨਹੀਂ ਰਹੀ ਹੁਣ, ਹੁਣ ਤੁਸੀਂ ਵਾਹਿਗੁਰੂ ਵਾਹਿਗੁਰੂ ਕਹਿਣਾ ਠੀਕ ਆ, ਚੰਗੀ ਗੱਲ ਆ, ਤੁਹਾਨੂੰ ਆਨੰਦ ਆਇਆ, ਤੁਸੀਂ ਵਾਹਿਗੁਰੂ ਕਿਹਾ। ਆਨੰਦ ਉਦਣ ਆਉਣਾ ਜਦੋਂ ਪ੍ਰੈਕਟੀਕਲ ਜ਼ਿੰਦਗੀ ਵਿੱਚ ਇਹ ਕੁਝ ਲਿਆਓਗੇ। ਅਤੇ ਸਾਡੀ ਕੌਮ ਦੀ ਤਕਦੀਰ ਬਦਲਣੀ ਨਹੀਂ ਜੇ ਜਿੰਨਾ ਚਿਰ ਪ੍ਰੈਕਟੀਕਲ ਜੀਵਨ ਵਿੱਚ ਨਹੀਂ ਲਿਆਓਗੇ। ਇੱਕ ਸੁੱਕ, ਇੱਕ ਹਰਿਆ ਹੋ ਜਾਓ, ਜਿੱਥੇ ਬਾਗ ਉੱਜੜ ਗਿਆ ਹੋਵੇ ਨਾ, ਅੱਖ ਵਾਹਿਗੁਰੂ, ਜਿੱਥੇ ਬਾਗ ਉਹਦੇ ਵਿੱਚ ਇੱਕ ਬੂਟਾ ਹਰਿਆ ਹੋਵੇ ਨਾ, ਅਤੇ ਲੋਕ ਕਹਿੰਦੇ ਸਾਰਾ ਬਾਗ ਨਹੀਂ ਉੱਜੜਿਆ। ਪਤਾ ਲੱਗ ਰਿਹਾ ਜੇ, ਪਕੜ ਰਹੇ ਹੋ ਕੀ ਕਿਹਾ? ਸਾਰੇ ਬਾਗ ਦੇ ਬੂਟੇ ਕਮਲਾ ਗਏ ਹੋਣ, ਅਤੇ ਇੱਕ ਬੂਟਾ ਹਰਿਆ ਭਰਿਆ ਹੋਵੇ, ਅਤੇ ਲੋਕ ਇਹ ਨਹੀਂ ਕਹਿੰਦੇ ਬਾਗ ਸੁੱਕ ਗਿਆ। ਲੋਕ ਕਹਿੰਦੇ ਭਾਈ ਇੰਨੇ ਕੁ ਬੂਟੇ ਸੁੱਕ ਗਏ, ਇੱਕ ਬੂਟਾ ਵਿੱਚ ਅਜੇ ਕੋਈ ਹੋ ਜਾਓ, ਬਰਜਿੰਦਰ ਸਿੰਘ ਹੋ ਜਾਏ, ਵੀਰ ਸਿੰਘ ਹੋ ਜਾਏ, ਤੁਸੀਂ ਹੋ ਜਾਓ, ਕੋਈ ਹੋ ਜਾਏ, ਬੂਟਾ ਹਰਿਆ ਭਰਿਆ, ਕੋਈ ਵੇਖਣ ਵਾਲਾ ਆਖੂਗਾ ਨਹੀਂ ਬਈ ਸਾਰੇ ਡੋਲ ਗਏ ਨੇ, ਇੱਕ ਸਿੱਖ ਧਰਮੀ ਕਲਗਰੀ ਕੈਲਗਰੀ 'ਚ ਰਹਿੰਦਾ, ਉਹ ਨਹੀਂ ਡੋਲਿਆ। ਅੱਖ ਵਾਹਿਗੁਰੂ। ਉਹਦੀ ਕਿਰਤ ਵਿੱਚ ਪਾਪ ਨਹੀਂ, ਡਾਕਟਰ ਸਾਹਿਬ ਸਮਝ ਰਹੇ ਹੋ? ਉਹਦੀ ਕਿਰਤ ਵਿੱਚ ਪਾਪ ਨਹੀਂ, ਉਹਦੀ ਕਿਰਤ ਦੇ ਵਿੱਚ ਆਨੰਦ ਹੀ ਆਨੰਦ ਭਰਿਆ ਪਿਆ ਹੈ। ਅਤੇ ਸੱਚ ਜਾਣੋ, ਜਿਹਦੀ ਕਿਰਤ ਵਿੱਚ ਆਨੰਦ ਆ ਉਹਦੇ ਜੀਵਨ ਵਿੱਚ ਵੀ ਆਨੰਦ ਹੈ। ਕਿਰਤ ਹੀ ਸਭ ਤੋਂ ਵੱਡੀ ਜਨਮਦਾਤੀ ਹੈ, ਕਿਰਤ ਤੋਂ ਹੀ ਸਾਰਾ ਕਾਰਜ ਚੱਲਦਾ ਹੈ। ਮੇਰਾ ਸਾਹਿਬ ਕਹਿੰਦਾ ਤੂੰ ਕਰ ਸਕਦਾ ਹੈ, ਚੰਗਾ ਕੰਮ ਕਰਿਆ ਕਰ, ਅੰਮ੍ਰਿਤ ਵੇਲੇ ਉੱਠਿਆ ਕਰ, ਸਰਬੱਤ ਦਾ ਭਲਾ ਮੰਗਿਆ ਕਰ, ਉਹਦੇ ਨਾਲ ਤੈਨੂੰ ਵੀ ਸਭ ਕੁਛ ਮਿਲੂਗਾ। ਅੱਗੇ ਬਚਨ ਬੜੇ ਪਿਆਰੇ ਆ, ਅੱਖ ਵਾਹਿਗੁਰੂ। ਐਰਖ ਵਾਦਨਾ ਕੀਜੇ ਰੇ ਮਨ, ਸੁਕਿਰਤ ਕਰ ਕਰ ਲੀਜੇ ਰੇ ਮਨ। ਅੱਗੇ ਕਹਿੰਦਾ ਖੇਲ ਕੀ ਆ? ਕੁਮਾਰੇ ਏਕ ਜੋ ਮਾਟੀ ਗੁੰਦੀ, ਇੱਕ ਘੁਮਿਆਰ ਨੇ, ਸੁਚੇਤ ਹੋਣਾ, ਇੱਕੋ ਹੀ ਘੁਮਿਆਰ ਹੈ ਨਾ ਭਾਂਡੇ ਬਣਾਉਣ ਵਾਲਾ, ਕਿ ਵੱਖ ਨੇ, ਵੱਖ ਵੱਖ ਨੇ? ਇੱਕ ਨੇ ਬਣਾਈ ਨਾ, ਏਕਾ ਮਾਈ ਇੱਕੋ ਹੀ ਆ ਨਾ, ਉਸ ਜੁਗਤੀ ਦੇ ਨਾਲ ਸਾਰੀ ਸ੍ਰਿਸ਼ਟੀ ਨੂੰ ਮਾਲਕ ਨੇ ਬਣਾਇਆ, ਘੁਮਿਆਰ ਇੱਕੋ ਹੀ ਆ, ਭਾਂਡੇ ਵੱਖਰੇ ਵੱਖਰੇ ਆ। ਅੱਖ ਵਾਹਿਗੁਰੂ।
ਕੁਮਾਰੇ ਏਕ ਜੋ ਮਾਟੀ ਗੁੰਦੀ ਗੁੰਨੀ ਬਹੁ ਬਿਦ ਬਾਨੀ ਲਾਈ ਬਹੁ ਬਿਦ ਬਾਨੀ ਮਣੇ ਆਦਤਾਂ ਮਿੱਟੀ ਕਿਹਦੇ ਹੀ ਨੇ ਅਤੇ ਆਦਤਾਂ ਉਹ ਬੋਲੋ ਗੁਰੂ ਨਾਨਕ ਪਾਤਸ਼ਾਹ ਦੇ ਪੁੱਤਰੋ ਬੋਲੋ ਆਦਤਾਂ ਸੁਭਾਅ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕਿਤੇ ਵੇਸ ਚੰਗੀ ਤਰ੍ਹਾਂ ਪੜ੍ਹੋ ਉਸ ਮਾਲਕ ਵੱਲੋਂ ਬਣਾਈ ਹੋਈ ਜੋਤ ਇੱਕੋ ਹੀ ਹੈ ਸੂਰਜ ਇੱਕੋ ਹੀ ਹੈ ਉਹਦੀਆਂ ਕਿਰਨਾਂ ਨੇ ਸਾਰਿਆਂ ਦੇ ਵਿੱਚ ਮਗਰ ਸੁਭਾਅ ਵੱਖਰੇ ਵੱਖਰੇ ਇੱਥੇ ਵੀ ਕਹਿੰਦੇ ਕੁਮਾਰੇ ਇੱਕ ਜੋ ਮਾਟੀ ਗੁੰਦੀ ਬਹੁਬਿਧ ਬਾਨੀ ਲਾਈ ਤਰ੍ਹਾਂ ਤਰ੍ਹਾਂ ਦੀਆਂ ਆਦਤਾਂ ਲਾਤੀਆਂ ਨੇ ਕਿਸੇ ਨੂੰ ਕੋਈ ਆਦਤ ਲਾਤੀ ਆ ਕਿਸੇ ਨੂੰ ਅੰਮ੍ਰਿਤ ਵੇਲੇ ਉੱਠਣ ਦੀ ਆਦਤ ਪਾਤੀ ਆ ਅੱਖ ਵਾਹਿਗੁਰੂ ਕਿਸੇ ਨੂੰ ਅੰਮ੍ਰਿਤ ਵੇਲੇ ਉੱਠ ਕੇ ਚੁਗਲੀ ਨਿੰਦਾ ਕਰਨ ਦੀ ਆਦਤ ਲਾਤੀ ਆ ਕਿਸੇ ਨੂੰ ਸਾਰੀ ਰਾਤ ਫੇਸਬੁੱਕ ਵੇਖਣ ਦੀ ਆਦਤ ਲਾਤੀ ਆ ਕਿਸੇ ਨੂੰ ਵਟਸਐਪ ਦੀ ਲਾਤੀ ਸਮਝ ਰਹੇ ਹੋ ਨਾ ਜੀ ਗੁਰੂ ਕੇ ਸਿੱਖੋ ਮਿੱਟੀ ਇੱਕ ਘੁਮਿਆਰ ਨੇ ਗੁੰਦੀ ਆ ਸਾਰੀ ਭਾਂਡੇ ਇੱਕ ਘੁਮਾਰ ਨੇ ਬਣਾਏ ਨੇ ਅੱਖ ਵਾਹਿਗੁਰੂ ਮਗਰ ਆਦਤਾਂ ਵੱਖਰੀਆਂ ਵੱਖਰੀਆਂ ਲਾਤੀਆਂ ਕੋਈ ਧਰਮੀ ਸਿੱਖ ਨੇ ਜਿਹੜੇ ਮਾੜਾ ਕੰਮ ਨਹੀਂ ਕਰਦੇ ਆਖੋ ਵਾਹਿਗੁਰੂ ਅੱਗੇ ਜਾ ਕੇ ਸੋਹਣੇ ਬਚਨ ਨੇ ਆਖੋ ਵਾਹਿਗੁਰੂ ਕਾਹੂ ਮੈਂ ਮੋਤੀ ਮੁਕਤਾਹਲ ਕਿਸੇ ਮਿੱਟੀ ਦੇ ਭਾਂਡੇ ਦੇ ਵਿੱਚ ਹੀਰਿਆਂ ਮੋਤੀਆਂ ਵਰਗੀ ਮੱਤ ਜੜ ਕੇ ਰੱਖਤੀ ਪਤਾ ਲੱਗਿਆ ਕਿਸੇ ਦਾ ਸੁਭਾਅ ਹੀਰਿਆਂ ਮੋਤੀਆਂ ਵਰਗਾ ਬਣਾਤਾ ਕਾਹੂ ਵਿਆਦ ਲਗਾਈ ਵਿਆਦ ਮਣੇ ਬੁਰਿਆਈਆਂ ਕਿਸੇ 'ਚ ਬੁਰਿਆਈਆਂ ਭਰਤੀਆਂ ਭਾਂਡੇ ਇੱਕੇ ਨੇ ਬਣਾਏ ਨੇ ਆਖੋ ਵਾਹਿਗੁਰੂ ਆਪੇ ਭਾਂਡੇ ਸਾਜੀਆਂ ਆਪੇ ਪੂਰਨ ਇੱਕ ਨਹੀਂ ਦੁੱਧ ਇੱਕ ਚੁੱਲ੍ਹੇ ਰਹਿਣ ਬਣਾਉਣ ਵਾਲਾ ਆਪ ਹੈ ਮਗਰ ਵਿੱਚ ਜੋ ਭਰਨ ਰਿਹਾ ਉਹ ਵੱਖਰੇ ਵੱਖਰੇ ਸੁਭਾਅ ਨਾਲ ਭਰਿਆ ਦੋਸ਼ ਨਾ ਕਿਸੇ ਨੂੰ ਦੇਣਾ ਉਸ ਮਾਲਕ ਦਾ ਸਾਰਾ ਖੇਲ ਹੈ ਕਾਹੂ ਮੈਂ ਮੋਤੀ ਮੁਕਤਾਹਲ ਪੜੋ ਹਾਂ ਭਲਾ ਅਰਥ ਕੀ ਬਣ ਗਿਆ ਦੱਸ ਲਓਗੇ ਨਾ ਮੈਨੂੰ ਵੀ ਕਿਸੇ ਦੇ ਵਿੱਚ ਤਾਂ ਹੀਰਿਆਂ ਮੋਤੀਆਂ ਵਰਗੇ ਮੱਤ ਪਾ ਦਿੱਤੀ ਉਹ ਮਿੱਠਾ ਬੋਲਦਾ ਹੈ ਸਰਬੱਤ ਦਾ ਭਲਾ ਮੰਗਦਾ ਹੈ ਇਸ ਤਰ੍ਹਾਂ ਦੇ ਵੀ ਕਈ ਜੀਵ ਧਰਤੀ ਦੇ ਹੈਗੇ ਆ ਜਿੰਨਾ ਕਿ ਬਰਕਤ ਖਾਏ ਅਸੰਖ ਕਰੋੜੇ ਬਰਕਤ ਖਾਏ ਗੱਜ ਕੇ ਬੋਲੋ ਨਾ ਇੱਕ ਅਸੀਂ ਆ ਜਿਹੜੇ ਘਰ ਚੋਂ ਬਾਹਰ ਨਹੀਂ ਨਿਕਲਦੇ ਇੱਕ ਉਹ ਨੇ ਜਿਹੜੇ ਨੇਪਾਲ ਵਿੱਚ ਵੀ ਚਲੇ ਜਾਂਦੇ ਨੇ ਆਖੋ ਵਾਹਿਗੁਰੂ ਨੇਪਾਲ ਸਮਝ ਲਿਆ ਨਾ ਨੇਪਾਲ ਵਿੱਚ ਵੀ ਚਲੇ ਜਾਂਦੇ ਖਾਲਸਾ ਏਡ ਵਾਲੇ ਉਹਨਾਂ ਵਿੱਚ ਕੀ ਭਰਤਾ ਭਾਈ ਤੁਹਾਡੇ ਲਈ ਮੁਸਲਮਾਨ ਕੋਈ ਹੋਵੇ ਇਹ ਆ ਮੋਤੀ ਮੁਕਤਾਹਲ ਕੀ ਜੀ ਇਹ ਆ ਮੋਤੀਆਂ ਵਰਗੀ ਬੁੱਧੀ ਪਾਤੀ ਹੀਰਿਆਂ ਵਰਗੀ ਬੁੱਧੀ ਪਾਤੀ ਭਾਵੇਂ ਮੁਸਲਮਾਨ ਡੁੱਬਦਾ ਹੋਵੇ ਉਹ ਬੱਚੀ ਡੁੱਬਦੀ ਸੀ ਸ੍ਰੀਨਗਰ ਦੇ ਵਿੱਚ ਆਖੋ ਵਾਹਿਗੁਰੂ ਪ੍ਰੈਗਨੈਂਟ ਬੱਚੀ ਸੀ ਵਿੱਚ ਬੱਚਾ ਆਉਣ ਵਾਲਾ ਸੀ ਬਚਾਈ ਦੇ ਅਤੇ ਰੁੜਦੀ ਜਾਂਦੀ ਆਵਾਜ਼ਾਂ ਮਾਰਦੀ ਅੱਬਾ ਜਾਨ ਮੈਨੂੰ ਬਚਾਓ ਅੱਬਾ ਜਾਨ ਨੇ ਵੇਖਿਆ ਇੰਨਾ ਪਾਣੀ ਜ਼ੁਲਮ ਦਾ ਤੇਜ਼ ਜਰ ਰਿਹਾ ਸੀ ਅੱਬਾ ਜਾਨ ਦਾ ਹੀਆ ਨਾ ਪਿਆ ਭਰਾ ਮੈਨੂੰ ਬਚਾ ਮੇਰੇ ਭਈਆ ਮੈਨੂੰ ਬਚਾ ਕੋਈ ਨਹੀਂ ਪਿੱਛੇ ਆਵਾਜ਼ ਮਾਰੀ ਕਿਸੇ ਨੇ ਨਹੀਂ ਛਾਲ ਮਾਰੀ ਗੁਰੂ ਕਾ ਸਿੱਖ ਲੁੱਤਾ ਸੀ ਸੁਣੀ ਕਿ ਨਹੀਂ ਆਖੋ ਵਾਹਿਗੁਰੂ ਛਾਲ ਮਾਰਤੀ ਉਸ ਰੁੜਦੀ ਹੋਈ ਮੁਸਲਮਾਨ ਧੀ ਨੂੰ ਜਿਹਦੇ ਅੰਦਰ ਮੋਤੀ ਮੜੇ ਸੀ ਨਾ ਗੁਰੂ ਨੇ ਆਖੋ ਵਾਹਿਗੁਰੂ ਤਨ ਧਨ ਜਾਏ ਤਾਂ ਜਾਓ ਤਨ ਧਨ ਜਾਏ ਤਾਂ ਜਾਓ ਜਿਹਦੇ ਅੰਦਰ ਇਹ ਮੱਤ ਭਰੀ ਸੀ ਤੇਰੇ ਭਾਣੇ ਸਰਬੱਤ ਦਾ ਭਲਾ ਉਹਨੇ ਛਾਲ ਮਾਰੀ ਅਤੇ ਰੁੜਦੀ ਹੋਈ ਕੁੜੀ ਨੂੰ ਕੱਢ ਲਿਆ ਰੁੜਦੀ ਹੋਈ ਬੱਚੀ ਜਦੋਂ ਬਾਹਰ ਆਈ ਪੱਥਰ ਦੇ ਉੱਤੇ ਬਾਲਿਆ ਪਾਣੀ ਉਹਦਾ ਮੂੰਹ 'ਚੋਂ ਕੱਢਿਆ ਆਖੋ ਵਾਹਿਗੁਰੂ ਰੋਂਦੀ ਰੋਂਦੀ ਨੇ ਪੁੱਛਿਆ ਤੂੰ ਭਰਾ ਕੌਣ ਹੈ ਇਹ ਆ ਸਿੱਖੀ ਜਿਹਨੂੰ ਕਹਿੰਦੇ ਜੇ ਸਿੱਖੀ ਜਿਹਦੇ ਲੱਛਣ ਸਾਡੇ ਵਿੱਚੋਂ ਮੁੱਕਦੇ ਜਾਂਦੇ ਮੰਨਦੇ ਹੋ ਕਿ ਨਹੀਂ ਬੋਲੋ ਜੀ ਗੁਰੂ ਕੇ ਸਿੱਖ ਮੁੱਕਦੇ ਜਾਂਦੇ ਆ
ਹਾਂ ਸਾਰਿਆਂ 'ਚੋਂ ਨਹੀਂ, ਤੁਸੀਂ ਚੰਗੇ ਵੀ ਵਿੱਚ ਬੈਠੇ ਹੋ। ਮੈਂ ਆਪਣੀ ਕਹਾਣੀ ਆਪਣਾ ਅੰਦਰ ਵੇਖਣਾ, ਸਿੱਖੀ ਦੇ ਲੱਛਣ ਸਾਡੇ 'ਚੋਂ ਮੁੱਕਦੇ ਜਾਂਦੇ। ਸਿੱਖੀ ਪਰਉਪਕਾਰ ਦਾ ਨਾਮ ਸੀ, ਕਿਹਦਾ ਜੀ? ਕਿਸੇ ਨੂੰ ਬਚਾਉਣਾ, ਕਿਸੇ 'ਤੇ ਪਰਉਪਕਾਰ ਕਰਨਾ। ਉਸ ਬੱਚੀ ਨੇ ਰੋਂਦੀ ਰੋਂਦੀ ਨੇ ਪੁੱਛਿਆ, ਭਰਾ ਤੂੰ ਕੌਣ ਹੈ? ਕਹਿੰਦਾ ਮੈਂ ਗੁਰੂ ਦਾ ਸਿੱਖ ਹਾਂ। ਕੀ ਆਖਿਆ ਜੀ? ਹੌਲੀ ਬੋਲੋ, ਮੈਂ ਗੁਰੂ ਦਾ ਸਿੱਖ ਹਾਂ। ਤੇਰਾ ਮੇਰਾ ਕੀ ਰਿਸ਼ਤਾ ਹੈ? ਮੁਸਲਮਾਨ ਧੀ ਕਹਿੰਦੀ ਸੀ, ਤੇਰਾ ਮੇਰਾ? ਕਹਿੰਦਾ ਭੈਣ ਭਰਾਵਾਂ ਵਾਲਾ, ਮੈਂ ਮੁਮਨ ਹਾਂ, ਮੈਂ ਮੁਸਲਮਾਨ ਹਾਂ, ਤੂੰ ਗੁਰੂ ਕਾ ਸਿੱਖ ਹੈ। ਅਸੀਂ ਭੈਣ ਭਰਾ ਕਿਤਨਾ ਹੋ ਗਏ? ਕਹਿੰਦਾ ਸੀ ਮੇਰਾ ਪਿਓ ਕਹਿ ਗਿਆ ਸੀ, ਦੇਖ ਪਰਾਈਆਂ ਚੰਗੀਆਂ, ਮਾਵਾਂ ਧੀਆਂ ਭੈਣਾਂ ਜਾਣੇ। ਉੱਚੀ ਉੱਚੀ ਬੋਲੋ, ਮਾਵਾਂ ਮਾਂ ਕਰਕੇ ਮੰਨਣਾ, ਭੈਣ ਕਰਕੇ ਮੰਨਣਾ, ਵੱਡੀ ਨੂੰ ਮਾਂ ਮੰਨਣਾ, ਬਰਾਬਰ ਦੀ ਨੂੰ ਭੈਣ ਮੰਨਣਾ, ਛੋਟੀ ਨੂੰ ਧੀ ਮੰਨਣਾ। ਮੇਰਾ ਗੁਰੂ ਮੈਨੂੰ ਸਮਝਾ ਗਿਆ ਅਤੇ ਮੈਂ ਆਪਣਾ ਧਰਮ ਪੂਰਾ ਕੀਤਾ ਹੈ। ਮੇਰੀ ਭੈਣ ਰੁੜਦੀ ਜਾਂਦੀ ਸੀ, ਮੈਂ ਬਾਹਰ ਲੈ ਕੇ ਆਇਆ। ਤੇਰਾ ਮਿਸ਼ਨ ਕੀ ਆ? ਉਹਨੇ ਸਾਰਾ ਕੁਝ ਦੱਸਿਆ। ਫਿਰ ਵਿਚਾਰੀ ਜਾਂਦੀ ਜਾਂਦੀ ਸਰਦਾਰ ਸਾਹਿਬ ਉਹਨੂੰ ਕੰਬਲ ਦੇ ਕੇ ਤੁਰਨ ਲੱਗੇ ਸੀ। ਹੱਥ ਜੋੜ ਕੇ ਆਖਿਆ, ਵੀਰਿਆ, ਜੇ ਸਿੱਖ ਦਾ ਸਰੂਪ ਅਤੇ ਕਿਰਦਾਰ ਅਤੇ ਕਰੈਕਟਰ ਐਡਾ ਚੰਗਾ ਹੁੰਦਾ ਹੈ ਨਾ, ਜੇ ਖੁਦਾ ਨੇ ਮੈਨੂੰ ਪੁੱਤਰ ਬਖਸ਼ਿਆ, ਧੀ ਬਖਸ਼ੀ, ਅਤੇ ਮੈਂ ਖੁਦਾ ਅੱਗੇ ਤਰਲਾ ਪਾਊਂਗੀ ਵੀ ਮੈਂ ਉਹਨੂੰ ਸਿੱਖ ਬਣਾਵਾਂ, ਮੈਂ ਵੀ ਉਹਨੂੰ ਸਿੱਖ ਬਣਾਵਾਂ। ਜੇ ਸਿੱਖੀ 'ਚ ਇੰਨਾ ਕੁਝ ਆ, ਤਾਂ ਤੁਸੀਂ ਵੀ ਗੁਰੂ ਕੇ ਸਿੱਖੋ। ਸਾਡੇ ਅੰਦਰ ਵੀ ਗੁਰੂ ਮੋਤੀ ਮੜ ਸਕਦਾ ਹੈ ਜੇ ਅਸੀਂ ਗੁਰੂ ਦੀ ਗੱਲ ਸੁਣ ਲਈਏ। ਤੁਸੀਂ ਇਹ ਨਾ ਕਹਿਣਾ ਵੀ ਉਦੋਂ ਮਰਦਾ, ਹੁਣ ਨਹੀਂ ਮੜਿਆ ਜਾ ਸਕਦਾ। ਮੱਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ, ਸਾਡੇ 'ਚ ਅੱਜ ਵੀ ਮੋਤੀ ਮੜੇ ਜਾ ਸਕਦੇ ਨੇ। ਇਹ ਨਹੀਂ ਵੀ ਇੱਕ ਵਾਰ ਉਹਨੇ ਕਰਤਾ ਅਤੇ ਅੱਗੇ ਕੁਛ ਨਹੀਂ, ਨਹੀਂ 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 ਨਹੀਂ। ਅੱਜ ਵੀ ਤੁਸੀਂ ਗੁਰੂ ਦੀ ਗੱਲ ਸੁਣਨੀ ਸ਼ੁਰੂ ਕਰ ਦਿਓ, ਤੁਹਾਡੇ ਅੰਦਰ ਚੰਗੇ ਹੀਰਿਆਂ ਵਰਗੇ ਵਿਚਾਰ ਆਉਣੇ ਸ਼ੁਰੂ ਹੋ ਜਾਣਗੇ, ਚੰਗੀ ਸੋਚ ਆਉਣੀ ਸ਼ੁਰੂ ਹੋ ਜੂਗੀ। ਸਾਹਿਬ ਕਹਿੰਦੇ, ਕਾਹੂੰ ਮੈਂ ਮੋਤੀ ਮੁਕਤਾਲ, ਕਾਹੂੰ ਵਿਆਹ ਲਗਾਈ। ਅੱਗੇ ਬੜੇ ਪਿਆਰੇ ਸ਼ਬਦ ਹਨ, ਸੁਣਿਓ। ਸੁੰਮੇ ਧਨ ਸੁੰਮੇ, ਸੂਮੇ ਬਣੇ ਸੂਮ ਕੰਜੂਸ ਨੂੰ ਧਨ ਦਿੱਤਾ ਵੀ ਆ ਲੈ ਇਹਨੂੰ ਖਾਵੀਂ ਅਤੇ ਖਰਚੀ ਅਤੇ ਵਰਤੀ। ਕੀ ਜੀ? ਖਾਵੀਂ ਖਰਚੀ ਅਤੇ ਲੋਕਾਂ ਦੇ ਭਲੇ 'ਤੇ ਵਰਤਦਾ, ਖਿੱਚ 'ਤੇ ਲੈਂਦਾ ਹੈ। ਕਿਤੇ ਭਲੇ ਦਾ ਵੀ ਕੰਮ ਆ ਜਾਵੇ ਨਾ, ਭਲੇ ਦਾ ਕੰਮ ਵੀ, ਪੈਸੇ ਕਿਸੇ ਦੇ ਆਉਣ। ਅੱਖ ਵਾਹਿਗੁਰੂ, ਗੱਜ ਕੇ ਬੋਲੋ ਨਾ। ਤੁਸੀਂ ਮੈਨੂੰ ਇੱਥੋਂ $500 ਲਓ ਵੀ ਉਸੇ ਕਿਸੇ ਗਰੀਬ ਨੂੰ ਦੇ ਦਿਓ, ਮੈਂ 300 ਖਰਚੂ ਅਤੇ 200 ਰੱਖ ਲਓ। ਇਹੋ ਇਸ਼ਾਰਾ ਹੈ, ਸੂਮੇ ਧਨ ਰੱਖਣ ਕੋ ਦੀ ਆ। ਇਸ ਸੂਮ ਬੰਦੇ ਨੂੰ ਪੈਸੇ ਦਿੱਤੇ ਵੀ ਇਹ ਕਿਸੇ ਚੰਗੇ ਕੰਮ ਲਾ ਦੀ, ਅਤੇ ਮੁਗਧ ਕਹੇ ਧਨ, ਉੱਚੀ ਬੋਲੋ ਨਾ, ਉੱਤੇ ਪੜ੍ਹ ਲਓ। ਇਹ ਮੂਰਖ ਹੁਣ ਕੀ ਕਹਿੰਦਾ? $500 ਇਹ ਨਹੀਂ ਕਹਿੰਦਾ ਵੀ ਆ ਜੀਰੇ ਵਾਲੇ ਸਿੰਘ ਨੇ ਭੇਜਿਆ ਵਾ ਵੀ ਭਲੇ ਲਈ ਕਿਤੇ ਲਾ ਦੀ, ਨਾ ਨਾ ਨਾ, ਕਹਿੰਦਾ ਮੇਰਾ ਹੈ। ਕੀ ਕਹਿੰਦਾ? ਮੇਰਾ ਹੈ, ਮੇਰੀ ਜਿੱਥੇ ਮਰਜ਼ੀ ਖਰਚੂੰਗਾ। 300 ਚੜ੍ਹਾ ਹੀ ਦਿੱਤਾ ਵਿੱਚੋਂ, ਉਹ ਵੀ ਤਾਂ ਹੈਗੇ ਜਿਹੜੇ ਸਾਰੇ ਹੀ ਖਾ ਜਾਂਦੇ ਨੇ। ਅੰਦਰ ਹੀ ਗੱਲਾਂ ਕਰ ਰਿਹਾ ਨਾ ਆਪਣੇ ਹੀ, ਆਖੋ ਵਾਹਿਗੁਰੂ, ਆਪਣੇ ਅੰਦਰ ਹੀ ਇਹ ਸ਼ੋਰ ਪਾ ਰਿਹਾ ਨਾ ਵੀ ਉਹ ਵੀ ਤਾਂ ਹੈਗੇ ਜਿਹੜੇ, ਮੈਂ ਤਾਂ 300 ਲਾਤਾ ਹੈ, ਮੈਂ ਕਿਹੜਾ ਪਾਪੀ ਹੋ ਗਿਆ, ਅੰਦਰ ਹੀ ਰੌਲਾ ਪਾ ਰਿਹਾ। ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਸੂਮ ਨੂੰ ਧਨ ਦਿੱਤਾ ਸੀ ਵੀ ਰੱਖ ਲਾ ਕੋਲ, ਇਹਨੂੰ ਖਾਵੀਂ ਖਰਚੀ ਦਮੜਾ ਤਿਸੀਕਾ। ਬੋਲੋ ਭਲਾ, ਹੌਲੀ ਬੋਲਦੇ, ਇੱਥੋਂ ਪਤਾ ਲੱਗਾ ਤੁਸੀਂ ਇੱਥੇ ਹੁੰਦੇ ਹੀ ਨਹੀਂ, ਮੈਨੂੰ ਮੋੜ ਕੇ ਲਿਆਉਣਾ ਪੈਂਦਾ ਫਿਰ ਤੁਹਾਨੂੰ। ਇਤਨਾ ਹੀ ਆ ਨਾ ਜੀ, ਦਮੜਾ ਤਿਸੀਕਾ, ਬੋਲੋ, ਜੋ ਖਰਚੇ ਅਰ ਖਾਏ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ, ਕਾਰੂ ਬਾਦਸ਼ਾਹ, ਪੈਸਾ ਉਹਦੇ ਨਾਂ ਗਿਣਿਆ ਜਾਣਾ ਜਿਹੜਾ ਖਰਚੂਗਾ ਅਤੇ ਖਾਊਗਾ। ਦੇਵੇ ਦਲਾਵੇ ਰਜਾਏ ਖੁਦਾਏ, ਰੱਬ ਦੀ ਰਜ਼ਾ ਅੰਦਰ ਦਵੇ
ਅਤੇ ਜਿਹਨੂੰ ਕਿਸੇ ਨੂੰ ਜ਼ਰੂਰਤਾਂ ਨੂੰ ਆਖੇ ਆ ਲੈ ਭਰਾ ਜੀ ਤੁਹਾਡੇ ਬੱਚੇ ਲਈ ਦਵਾਈ ਦੇ ਪੈਸੇ ਨਹੀਂ ਹੈਗੇ, ਆਹ ਪੈਸੇ ਮੇਰੇ ਕੋਲ ਹੈਗੇ ਨੇ। ਹੁਣ ਇੱਕ ਰੱਬ ਦੀ ਲਿਸਟ ਵਿੱਚ ਲਿਖਿਆ ਗਿਆ ਵਾ ਵੀ ਇਹ ਵੀਰਸੋਂ ਦੇ ਪੈਸੇ ਸੀ, ਵੀਰਸੋਂ ਨੇ ਦੇ ਦਿੱਤੇ, ਨਹੀਂ ਪਤਾ ਲੱਗਾ। ਜੇ ਉਹ ਪੈਸੇ ਆਖੋ ਵਾਹਿਗੁਰੂ ਕਿਸੇ ਹੋਰ ਥਾਂ 'ਤੇ ਖਰਚੇ ਗਏ ਤਾਂ ਉਹ ਪੈਸੇ ਮੇਰੇ ਨਹੀਂ ਮੰਨੇ ਜਾਣੇ। ਦਮੜਾ ਤਿਸੀਕਾ ਜੋ ਖਰਚੇ ਅਰ ਖਾਏ ਦੇਵੇ ਦਲਾਵੇ ਰਜ਼ਾਏ ਖੁਦਾਏ। ਅੱਗੇ ਲਿਖਦੇ ਹੋਤਾ ਨਾ ਰੱਖੇ, ਹੋਤਾ ਹੋਤਾ ਮੈਨੇ ਇਕੱਠਾ ਨਾ ਕਰੇ ਅਤੇ ਅਸੀਂ ਬੋਲੋ ਨਾ ਗੁਰੂ ਕੇ ਸਿੱਖ ਟੈਕਸ ਵਾਲੇ ਭਾਵੇਂ ਲੈ ਜਾਣ ਖੋ ਕੇ, ਸੁਣ ਰਹੇ ਜੀ ਗੁਰੂ ਕੇ ਸਿੱਖੋ, ਟੈਕਸ ਵਾਲੇ ਭਾਵੇਂ ਆਖਣ ਵੀ ਇੰਨਾ ਪੈਸਾ ਪਿਆ ਇਹ ਕਿੱਥੋਂ ਆਇਆ, ਫਿਰ ਝੂਠ ਮਾਰਦਾ ਫਿਰ ਨਹੀਂ ਜੀ ਮੇਰੇ ਉੱਤੋਂ ਸੀ ਉੱਤੋਂ ਸੀ। ਉਹ ਗੁਰੂ ਕਿਆ ਸਿੱਖਾ ਜੇ ਰੱਬ ਨੇ ਬਖਸ਼ਿਆ ਅਤੇ ਇਹਨੂੰ ਵੰਡਦੇ ਆਖੋ ਵਾਹਿਗੁਰੂ, ਮਗਰ ਸੱਚੀ ਮੁੱਚੀ ਵੰਡਿਆ ਜਾਂਦਾ ਨਹੀਂ ਜੇ, ਸਮਝਦੇ ਹੋ ਕਿ ਨਹੀਂ ਗੁਰੂ ਕੇ ਸਿੱਖੋ, ਬੋਲੋ ਨਾ ਵੰਡਿਆ। ਪੈਸਾ ਦੇਣਾ ਬੜਾ ਔਖਾ ਜੇ, ਖੋਣਾ ਬੜਾ ਸੌਖਾ ਏ, ਬੋਲੋ। ਖੇਡ ਖੇਡਦੇ ਤੁਸੀਂ ਰਹੇ ਹੋ ਮਗਰ ਉੱਚੀ ਨਹੀਂ ਬੋਲਦੇ ਵੀ ਪਤਾ ਨਹੀਂ ਮੇਰੇ ਬੱਚੇ ਨਾ ਸੁਣ ਲੈਣ, ਉੱਚੀ ਬੋਲੋ ਨਾ ਦੇਣਾ। ਸੱਚੀ ਮੁੱਚੀ ਕਿਸੇ ਨੂੰ ਦੇਣ ਲੱਗਦੇ ਹੋ ਨਾ, ਮੈਂ ਦਾਤ ਇੱਕ ਦਿਨ ਕਾਰੂ ਬਾਦਸ਼ਾਹ ਪੁੱਛਦਾ ਆਖੋ ਵਾਹਿਗੁਰੂ, ਰੱਜ ਕੇ ਬੋਲੋ ਨਾ ਵੀ ਕੌਣ ਆਏ ਨੇ ਫਕੀਰ ਥੱਲੇ, ਨੌਕਰ ਨੂੰ ਕਹਿੰਦਾ ਜਾ ਇਹਨਾਂ ਨੂੰ ਦੋ ਚਾਰ ਪੰਜ ਰੁਪਈਏ ਦੇ, ਆਉਂਦੇ ਨੇ ਰੋਜ਼ ਹੀ ਫਕੀਰ ਪੈਸੇ ਹੀ ਲੈਣ ਆਉਂਦੇ, ਆਖੋ ਵਾਹਿਗੁਰੂ। ਉਹ ਕਹਿੰਦਾ ਜੀ ਇਹ ਫਕੀਰ ਕੁਝ ਵੱਖਰੇ ਜੇ, ਬਸ ਸਮਾਪਤੀ ਕਰਨ ਲੱਗਿਆ ਅੱਧਾ ਸ਼ਬਦ ਕੱਲ੍ਹ ਕਰਾਂਗੇ, ਆਖੋ ਵਾਹਿਗੁਰੂ ਇਹ ਫਕੀਰ ਕੁਝ ਵੱਖਰੇ ਆ। ਕਹਿੰਦਾ ਕੀ ਵੱਖਰਾਪਨ ਆ ਇਹਦੇ 'ਚ, ਸੁਣ ਰਹੇ ਹੋ ਜੀ ਕੀ ਵੱਖਰਾਪਨ ਆ ਇਸ ਫਕੀਰ 'ਚ। ਕਹਿੰਦਾ ਇੱਕ ਇਹਦੇ ਹੱਥ 'ਚ ਰਬਾਬ ਆ, ਇੱਕ ਲੰਬਾ ਉੱਚਾ ਪੀਲਾ ਚੋਲਾ ਪਾਇਆ, ਚਿੱਟਾ ਗੋਲ ਦਮਾਲਾ ਬੱਧਾ ਲੰਬਾ, ਕਾਫ਼ੀ ਉੱਚਾ ਲੰਬਾ ਸਰੀਰ ਹੈ, ਨੂਰੋ ਨੂਰ ਚਿਹਰਾ ਹੈ, ਮਗਰ ਇਹਦਾ ਕੁਝ ਵੱਖਰਾ ਜਿਹਾ ਸੁਭਾਅ ਹੈ। ਕਹਿੰਦੇ ਕੀ ਵੱਖਰਾ ਸੁਭਾਅ ਹੈ? ਕਹਿੰਦੇ ਉਹ ਕਹਿੰਦਾ ਜਿਹਨੇ ਦਾਨ ਦਿੱਤਾ ਹੈ ਨਾ 5 ਰੁਪਈਏ ਦੇਣੇ ਨੇ, ਮੈਂ ਉਹਦੀਆਂ ਅੱਖਾਂ ਵੇਖਣੀਆਂ ਚਾਹੁੰਦਾ। ਤੁਹਾਨੂੰ ਤਾਂ ਪਤਾ ਲੱਗਿਆ ਹੋਣਾ, ਨਹੀਂ ਮੈਂ ਉਹਦੀਆਂ ਵੇਖਾਂ ਤਾਂ ਸਹੀ, ਵੀ ਦਾਤਾ ਵੀ ਹੈ ਕਿ ਨਹੀਂ, ਦੇਣ ਲੱਗਾ ਰੋਣ ਤਾਂ ਨਹੀਂ ਡਿਆ। ਰੱਬ ਇੰਨੀ ਦੁਨੀਆਂ ਨੂੰ ਦਿੰਦਾ ਰੋਂਦਾ ਹੈ? ਇੱਕ ਵਾਰ ਫਰਕ ਸਮਝ ਲਓ ਨਾ, ਬੰਦਾ ਜਦੋਂ ਵੀ ਕਿਸੇ ਨੂੰ ਦਿੰਦਾ ਨਾ, ਕਿਸੇ ਦੀ ਹੈਲਪ ਵੀ ਕਰਦਾ ਹੈ ਅਤੇ ਅੰਦਰੋਂ ਰੋਂਦਾ ਹੈ। ਮੈਂ ਗਲਤ ਤਾਂ ਨਹੀਂ ਕਹਿ ਰਿਹਾ ਜੀ, ਮਹਿਸੂਸ ਕਰੋ ਨਾ ਕਿਹੜਾ ਵਾ ਜਿਹੜਾ ਰੱਬ ਵਰਗਾ ਮੂੰਹ ਬਣਾ ਕੇ ਕਿਸੇ ਦੀ ਮਦਦ ਕਰਦਾ ਹੈ। ਆਖੋ ਵਾਹਿਗੁਰੂ, ਮੈਂ ਵੇਖਣਾ ਚਾਹੁੰਦਾ ਜਦੋਂ ਮੈਨੂੰ ਪੈਸੇ ਦੇਵੇ ਉਹਦੀਆਂ ਮੈਂ ਅੱਖਾਂ ਪੜ੍ਹਨੀਆਂ ਚਾਹੁੰਦਾ, ਉਹਦੀਆਂ ਅੱਖਾਂ ਵਿੱਚ ਕੀ ਆ, ਖੁਸ਼ੀ ਜਾਂ ਪਛਤਾਵਾ ਹੈ ਮੈਨੂੰ ਦੇਣਾ ਪੈ ਗਿਆ। ਅਕਸਰ ਲੋਕ ਜਦੋਂ ਕਿਸੇ ਦੀ ਹੈਲਪ ਕਰਦੇ ਨੇ ਨਾ ਅਤੇ ਅੰਦਰ ਇਹ ਰੋਂਡੇ ਹੁੰਦੇ ਨੇ, ਵੇਖੋ ਮੈਨੂੰ ਦੇਣਾ ਪੈ ਗਿਆ, ਹੁਣ ਬੂਹੇ 'ਤੇ ਆ ਹੀ ਗਿਆ ਸੀ ਭਾਅ ਜੀ, ਫਿਰ ਕੀ ਨਾ ਮਤ ਕਰਦੇ ਅਤੇ ਕੀ ਨਾ ਕਰਦੇ, ਕਹਿਣ ਡਿਆ ਹੁੰਦਾ ਕਿ ਨਹੀਂ ਬੋਲੋ ਗੁਰੂ ਕੇ ਸਿੱਖੋ। ਮਗਰ ਇਹਦੇ ਦਰ 'ਤੇ ਆਇਆ, ਇਹ ਵੀ ਪਛਤਾਉਂਦਾ ਹੋਊ, ਇਹ ਵੀ ਕਹਿੰਦਾ ਹੋਊਗਾ ਇਹ ਖੁਸ਼ ਹੁੰਦਾ ਹੈ, ਇਹ ਉੱਚੀ ਬੋਲੋ ਨਾ ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਹੀਂ ਦੇ, ਦੇ ਨਾ ਪਛੋਤਾਏ, ਦੇ ਨਾ। ਮੇਰਾ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦਾ ਸੁੰਮ ਨੂੰ ਧਨ ਰੱਖਣ ਨੂੰ ਦਿੱਤਾ ਸੀ, ਇਹ ਸਾਂਭ ਕੇ ਬਹਿ ਗਿਆ, ਲਾਗੇ ਗੁਆਂਢੀ ਭੁੱਖਾ ਮਰ ਰਿਹਾ ਹੈ, ਇਹ ਕਹਿੰਦਾ ਮੇਰੀ ਤਿਜੋਰੀ 'ਚੋਂ 2 ਰੁਪਈਏ ਘੱਟ ਨਾ ਹੋਣ। ਗੁਰੂ ਕਿਹਾ ਸਿੱਖਾ ਸੱਚੀ ਮੁੱਚੀ, ਮੈਂ ਪਰਸੋਂ ਕਿਸੇ ਸਿੱਖ ਨੂੰ ਕਹਿ ਰਿਹਾ ਸਾਂ, ਇੱਕ ਦਾਣਾ ਧਰਤੀ ਦੇ ਵਿੱਚ ਸੁੱਟੀ ਹੈ ਨਾ ਅਤੇ ਧਰਤੀ ਕਹਿੰਦੀ ਮੈਂ ਤੇਰਾ ਕਰਜ਼ਾ ਮੋੜੂੰਗੀ, ਮੈਂ ਤੈਨੂੰ 100 ਦਾਣਾ ਕਰਕੇ ਦੂੰ, ਦਿੰਦੀ ਕਿ ਨਹੀਂ ਬੋਲੋ ਜੀ। ਜਿੱਦਣ ਤੁਸੀਂ 1 ਰੁਪਈਆ ਕਿਸੇ ਗਰੀਬ ਦੀ ਮਦਦ ਲਈ ਕੱਢੋਗੇ, ਉਹ ਜੇ ਤੁਸੀਂ ਚਾਹੋ ਤਾਂ ਆਖੋ ਵਾਹਿਗੁਰੂ, ਜੇ ਤੁਸੀਂ ਚਾਹੋ ਤਾਂ ਉਹਦਾ 100 ਰੁਪਈਆ ਕਰਕੇ ਕੁਦਰਤ ਤੁਹਾਨੂੰ ਦਊਗੀ।
ਮਗਰ ਇਸ ਲਾਲਚ ਵਿੱਚ ਦਿਓ ਨਾ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਦੇ ਕੇ ਮੰਗੀਦਾ ਨਹੀਂ ਹੁੰਦਾ, ਦਾਤੇ ਕਦੀ ਮੰਗਦੇ ਨਹੀਂ। ਦਾਤੇ ਬਣੋ, ਦਾਤੇ ਦੇ ਪੁੱਤ ਜੇ, ਅਤੇ ਦਾਤੇ ਦੇ ਪੁੱਤਾਂ ਵਾਂਗੂ ਦਾਨ ਕਰੋ, ਗਰੀਬ ਦੀ ਮਦਦ ਕਰੋ। ਕੋਈ ਗੋਲਕ ਤੁਹਾਡੇ ਘਰ ਕਿਸੇ ਕਾਰ ਸੇਵਾ ਵਾਲੇ ਬਾਬੇ ਦੀ ਨਹੀਂ ਹੋਣੀ ਚਾਹੀਦੀ। ਤੁਹਾਡੇ ਘਰ 'ਚ ਗੋਲਕ ਲੱਗੀ ਹੋਵੇ, ਉੱਤੇ ਲਿਖਿਆ ਹੋਵੇ ਗਰੀਬ ਦਾ ਮੂੰਹ, ਬੋਲੋ ਭਲਾ ਮੈਂ ਕੀ ਕਿਹਾ? ਉੱਚੀ ਬੋਲੋ। ਹੁਣ ਤਾਂ ਸਭ ਕੁਝ ਨੰਗਾ ਹੋ ਗਿਆ, ਅੱਗੇ ਤਾਂ ਮੇਰੇ ਗਲ ਪੈਂਦੇ ਸੀ ਬਾਹਰ ਵਾਲੇ ਲੋਕੀ ਵੀ ਤੂੰ ਬਾਬਿਆਂ ਨੂੰ ਕਿਉਂ ਕਿੰਨਾ ਪੈਸੇ ਨਾ ਦਿਓ। ਹੁਣ ਤਾਂ ਸਭ ਕੁਝ ਨੰਗਾ ਹੋ ਗਿਆ, ਤੁਹਾਡਾ ਇੰਨਾ ਸੁਨਹਿਰੀ ਇਤਿਹਾਸ ਮਿੰਟਾਂ ਵਿੱਚ ਇਸ ਤਰ੍ਹਾਂ ਢਾਇਆ ਜੇ ਕੋਈ ਅਬਦਾਲੀ ਢਾਉਂਦਾ ਸੀ। ਹਟ ਜਾਓ, ਆਪੋ ਆਪਣੇ ਘਰਾਂ 'ਚ ਗੋਲਕ ਜ਼ਰੂਰ ਰੱਖੋ, ਦਸਵੰਧ ਜ਼ਰੂਰ ਕੱਢੋ, ਮਗਰ ਕਿਹਨੂੰ ਦਿਓ? ਗਰੀਬ ਨੂੰ, ਲੋੜਵੰਦ ਨੂੰ। ਤੁਹਾਡੀ ਇੱਕ ਬੰਦੇ ਦੇ ਬਣਾਇਆ ਹੋਇਆ ਦਸਵੰਧ ਕਿਸੇ ਦੀ 70,000 ਤੋਂ ਜ਼ਿੰਦਗੀ ਬਚਾ ਸਕਦਾ ਹੈ। 70,000 ਪਿੱਛੇ ਵੀ ਲੋਕ ਸੂਸਾਈਡ ਕਰ ਰਹੇ ਨੇ, 60,000 ਪਿੱਛੇ ਵੀ ਸੂਸਾਈਡ ਕਰ ਰਹੇ। ਆਹ ਬੇਅੰਤ ਬੱਚੇ ਇਸ ਤਰ੍ਹਾਂ ਦੇ ਆਏ ਜਿਹਨਾਂ ਕੋਲ ਫੀਸਾਂ ਹੈ ਨਹੀਂ। ਤੁਸੀਂ ਗੁਰੂ ਕੇ ਸਿੱਖ, ਕਿਤੇ ਗੁਪਤ ਤੌਰ 'ਤੇ ਉਹਨਾਂ ਦੀ ਜਾ ਕੇ ਫੀਸ ਤਾਰ ਦਿਓ, ਵੇਖਿਓ ਜੋ ਕਿਤੇ ਆਪਣੀ ਮੰਜ਼ਿਲ 'ਤੇ ਪਹੁੰਚ ਗਿਆ ਅਤੇ ਕਿੰਨੀਆਂ ਅਸੀਸਾਂ ਦਿੰਦਾ ਹੈ। ਗੁਰੂ ਕਿਰਪਾ ਕਰੇ। ਕੱਲ੍ਹ ਵਾਲਾ ਸ਼ਬਦ ਅਜੇ ਬਾਕੀ ਹੈਗਾ ਹੈ, ਇੱਕ ਵਾਰ ਅੱਗੇ ਲਿਆਓ ਜੀ। ਆਖੋ ਵਾਹਿਗੁਰੂ। ਉਹ ਜਿਹੜਾ ਪੈਸਾ ਰੱਖਿਆ ਸੀ ਨਾ ਕੋਲ, ਸੁਮੇ ਧਨ ਰੱਖਣ ਕੋ ਦੀਆ ਮੂਧ ਕਹੇ ਧਨ ਮੇਰਾ, ਅੱਗੇ ਕਹਿੰਦੇ ਜਮਕਾ ਡੰਡ ਮੂੰਡ ਮੈਂ ਲਾਗੇ ਖਿਨ ਮੈਂ ਕਰੇ ਨਵੇੜਾ। ਕਿਹਦਾ ਹੈ? ਖਿਨ ਵਿੱਚ ਨਵੇੜਾ ਕਰ ਦੂ ਵੀ ਇਹ ਧਨ ਤੇਰਾ ਸੀ ਕਿ ਕਿਹਦਾ ਸੀ? ਭਾਈ ਜੀ ਸਾਰੇ ਪੈਸੇ ਬੱਚਿਆਂ ਸਾਂਭ ਲੈਣੇ ਆ, ਤੂੰ ਐਵੇਂ ਕਹਿੰਦਾ ਰਿਹਾ ਮੇਰਾ ਸੀ। ਕੱਲ੍ਹ ਨੂੰ ਕਰਾਂਗੇ ਵਿਚਾਰ, ਆਪ ਆਇਓ, ਹੋਰਨਾਂ ਨੂੰ ਪ੍ਰੇਰ ਕੇ ਲਿਆਇਆ ਕਰੋ। ਤੁਹਾਡਾ ਟਕਾ ਦੱਸਦਾ ਹੈ ਵੀ ਆਉਣ ਵਾਲੇ ਦਿਨਾਂ 'ਚ ਰੰਗ ਲਾਗਤ 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 ਹੈ, ਭਰਮ ਭਾਗਤ ਭਾਗਤ ਅਤੇ ਮਨ ਜਾਗਤ 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 ਹੈ। ਇਹ ਕਲਾ ਮੇਰਾ ਗੁਰੂ ਵਰਤਾਊਗਾ। ਚੌਂਕੀਦਾਰ ਅਨੰਦਪੁਰ ਸਾਹਿਬ ਤੋਂ ਆਇਆ, ਮੇਰੇ ਕੋਲ ਤੁਹਾਡੇ ਜੋੜੇ ਜ਼ਰੂਰ ਚੜਾਊਗਾ ਗੁਰੂ ਗੋਬਿੰਦ ਸਿੰਘ ਸਾਹਿਬ। ਆਪ ਆਓ ਅਤੇ ਹੋਰਨਾਂ ਨੂੰ ਪ੍ਰੇਰ ਕੇ ਲਿਆਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।